ਲੈ ਆ ਤਾਂ ਪਾਥੀਆਂ ਬਣਾਈ ਸੋਹਣੀਆਂ ਹੋ ਰਹੀਆਂ ਦੇ ਲੈ ਪਾਪੜਾਂ ਵਰਗੀਆਂ ਐ ਕਰਦੇ ਤਾਂ ਜੇ ਲਾ ਦਿੰਨੀ ਆ ਸੁੱਕ ਜਾਣਗੀਆਂ ਉਰੇ ਬਾੜਿਆਂ 'ਚ ਤਾਂ ਮੇਰੀਆਂ ਸੁੱਕਣਾ ਤੀਵੀਆਂ ਨਹੀਂ ਸੜਦੀਆਂ ਹੈਗੀਆਂ ਲੈਂਦੀਆਂ ਨੇ ਬੱਠਲ ਭਰ ਕੇ ਬਹੁਤ ਵਿਟ ਜਾਂਦੀਆਂ ਨੇ ਕਿ ਪਤਾ ਉਹਨਾਂ ਨੂੰ ਵੀ ਉਹ ਤਾਂ ਆਉਂਦੇ ਨਹੀਂ ਹੈਗੀ ਟਾਈਮ ਨਾਲੇ ਆਉਂਦੀਆਂ ਬਾੜਿਆਂ 'ਚ ਤੀਵੀਆਂ ਵਾਂਗੂ ਮੈਂ ਕਿਹੜਾ ਰੋਜ਼ ਬਾੜਿਆਂ 'ਚ ਫਿਰਦੀ ਹਾਂ ਮੇਰੇ ਤਾਂ ਗੋਹੇ ਜਿਹੇ 'ਚ ਫਿਰ ਹੀ ਨਹੀਂ ਜਾਂਦਾ ਹੈਗਾ ਸਾਰਾ ਦਿਨ ਲੈ ਹੁਣ ਐਂ ਕਰੂੰਗੀ ਇਹ ਵਧੀਆ ਸਿਆਲ 'ਚ ਕੰਮ ਆਉਣਗੀਆਂ ਅੰਦਰ ਲਾ ਦੂੰਗੀ ਬਰਾਂਡੇ 'ਚ ਆ ਥੱਲ ਕੇ ਦੂਜੀਆਂ ਉੱਪਰ ਲਾ ਦੂੰਗੀ ਵਧੀਆ ਕੰਮ ਸਰ ਗਿਆ ਹੋਰ ਲੋਕਾਂ ਦੇ ਬੰਦੇ ਨੇ ਨਾਲ ਗੋਹਾ ਕੂੜਾ ਸਾਰਾ ਕਰਾ ਦਿੰਦੇ ਨੇ ਆ ਸਾਡੇ ਵਾਲਾ ਤਾਂ ਡੱਕਾ ਨਹੀਂ ਤੋੜਦਾ ਮੰਮੀ ਕੀ ਕਰੀ ਜਾਂਦੀ ਹੈ ਮੈਂ ਮਰ ਜੂਗੀ ਇਹ ਸਾਬਾ ਗੋਹਾ ਜੂਗਾ ਰੁੜ ਜਾਣਿਆ ਬਿੱਲੀਆਂ ਦਾ ਦਰ ਪਾਪ 7 ਸਾਲ ਪਤਾ ਨਹੀਂ 7 ਪੀੜੀਆਂ ਤੱਕ ਨਹੀਂ ਉਤਰਦਾ ਹੈਗਾ ਰੁੜ ਜਾਣਿਆ ਇਹ ਮੈਨੂੰ ਪਿਆਰ ਕਰਦੀ ਆ ਮੈਂ ਪਾਲੀ ਹੋਈ ਇਹ ਉਹ ਮਰੀ ਜਾਂਦੀ ਇਹਨੂੰ ਉੱਥੇ ਜਾਵਾਂ ਮੈਂ ਸਰਕਸ 'ਚ ਰਾਤ ਬੰਦਾ ਦੱਬਿਆ ਦੀ ਉੱਥੇ ਅੱਜ ਕੱਢਣੀ ਉਹਨੂੰ ਬੇ ਰੁੜ ਜਾਣਿਆ ਕਹਦਾ ਕਰੇ ਪਤਾ ਬਿੱਲੀ ਸਾਡਾ ਸਾਡੇ ਨੂੰ ਮੈਂ ਲੈ ਕੇ ਆਉਂ ਉਹਨੂੰ ਭੇਜ ਦਾ ਕੇ ਜੂਗੀ ਸਾਡੇ ਸਾਡੇ ਪੁੱਤੇ ਸਾਡੇ ਚੱਲ ਬਾਈ ਲੈ ਪਰਾਂ ਨਾ ਸਕੂਲ ਕੌਣ ਜਾਊਗਾ ਤੇਰਾ ਪਿਓ ਜਾਊਗਾ ਬੇ ਰੁੜ ਜਾਣਿਆ ਆਪਣੇ ਗਵਾਂਢੀਆਂ ਦੇ ਜਵਾਕ ਨਾ ਪੜ ਕੇ ਦੇਖ ਲਾ ਹੋਮ ਗਾਲੀਆ ਲੱਗ ਗਿਆ ਹੈ ਇੱਕ ਪੁਲਿਸ ਜੇ ਕੋਈ ਫੌਜ ਜਾਂਦਾ ਬੇ ਤੂੰ ਵੀ ਫੌਜੀ ਬਣ ਜੇਗਾ ਪੁੱਤ ਪਹਿਲਾਂ ਚੁੱਪਾ ਕਰ ਲਾ ਫਿਰ ਜਾਊਂਗਾ ਮੈਂ ਥੱਪੜ ਚੁੱਪਾ ਕਰ ਲਾ ਨਾਲੇ ਹੋਰ ਮੈਨੂੰ ਕੁੱਟੇ ਨਹੀਂ ਮੈਨੂੰ ਮਾਰੇ ਥੱਪੜ ਮੇਰੇ ਮਾਰ ਕੇ ਪਾਥੀ ਨਾ ਕੰਜਰ ਦਾ ਥੋਬੜਾ ਭੰਨ ਲੂਗੀ ਮੈਂ ਨਹੀਂ ਹੁੰਦਾ ਹੈਗਾ ਅੱਜ ਮੈਂ ਤਾਂ ਜਾਂਦਾ ਹੀ ਹੈਗਾ ਨਾ ਪੁੱਤੇ ਖੜਾ ਮੇਰਾ ਪੁੱਤੇ ਬਾਹਰ ਸੇ ਨਾ ਬੈਠੋ ਬੈਠੋ ਫਿਰ ਮਾਰੇ ਕਿਉਂ ਘੂਮਰੇ ਫਿਰ ਹੋਰ ਕੀ ਕਰਾਂ ਚੁਸਕੀ ਤਾਂ ਆਈ ਮੈਨੂੰ ਅੱਜ ਹੋਰ ਨਾਲੇ ਉਹ ਮੈਂ ਮਰ ਜਾਂ ਕਹਿੰਦੇ ਹੁੰਦੇ ਨੇ ਬੋਲਾ ਨਾ ਮਰੇ ਬੋਲੇ ਦੀ ਮਾਂ ਮਰ ਜੇ ਹੋਰ ਨਾ ਪੈਦਾ ਹੁਣ ਬੋਲੇ ਬੇ ਪਲੇਗ ਦੇ ਜਾਣਿਆ ਬਾਈ ਦਾ ਸਕੂਲ ਭੱਗ ਜਾ ਮੇਰਾ ਪੁੱਤ ਮੈਂ ਨਹੀਂ ਉਹ ਮੈਡਮ ਹੀ ਮੈਨੂੰ ਕੁੱਟਦੀ ਆ ਮੈਂ ਨਹੀਂ ਆਉਂਦਾ ਹੈਗਾ ਉਹੀ ਮੇਰੇ ਨਾਲ ਬੈਰ ਕੱਢਦੀ ਆ ਉਹ ਹੁਣ ਤੂੰ ਜਾਂਦਾ ਨਹੀਂ ਮੈਂ ਨਹੀਂ ਆਉਂਦਾ ਹੈਗਾ ਫਿਰ ਹੋਰ ਕਦ ਜਾਏਗਾ ਸਕੂਲ ਕੱਲ ਨੂੰ ਹੀ ਆਉਂਗਾ ਪੱਕਾ ਭੱਗ ਜਾਏਗਾ ਕੱਲ ਨੂੰ ਭੱਗ ਨੂੰ ਪੱਕਾ 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 ਚੰਗਾ ਪੁੱਤ ਫਿਰ ਭੱਗ ਜੀ ਕੱਲ ਨੂੰ ਚੰਗਾ ਹੋਰ ਅੱਜ ਖੇਡਦਾ ਮੈਂ ਹੁਣ ਉਹ ਤਾਂ ਮੈਨੂੰ ਪਤਾ ਹੈ ਵੀ ਤੂੰ ਖੇਡੇਂਗਾ ਤਾਂ ਹੈਗਾ ਤੇਰੇ ਬਾਪ ਨਾਲ ਭੱਗ ਜਾ ਖੇਤ ਕੰਮ ਕਰਾ ਦੇ ਕੋਈ ਲੈ ਕੇ ਨਹੀਂ ਆਉਂਦਾ ਮੈਂ ਇੰਨੇ ਵਾਰੀ ਕਿਹਾ ਉਹਨੂੰ ਉਹਦਾ ਕੱਲਾ ਭੱਗ ਜਾਂਦਾ ਉੱਥੇ ਉਹ ਪਰਦਾ ਖੁੱਲੀਆਂ 'ਚ ਹੱਥ ਮਾਰਦਾ ਭਲੇਖ ਦੇ ਜਾਣਾ ਉਹਨੂੰ ਮਾਰ ਬੋਲੂਗਾ ਆ ਜੂਗਾ ਬਾਪੂ ਓਏ खेत कहंदा है खेत गेड़ा मरवा लिया कहंदी कल नू भग जूगा स्कूल खेत जाके की करूगा कल ना शीतल भैन जी मिली थी बड़ा बड़ा ना लंबा देगी गोडे जिड्डा कहंदी थोड़ा मुंडा तां स्कूल ही नहीं आंदा 10 दिन हो गए बे मेनू आए दस शीतल भैन जी तेनू ही मिलदी रहंदी आ ਮੈਨੂੰ ਤਾਂ ਕਦੇ ਮਿਲੀ ਨਹੀਂ ਮੇਰੀ ਸੁਪਨਾ ਹੋ ਦੇਖ ਲੈ ਮੰਮੀ ਇਹ ਮੇਲਾ ਮੈਂਬਰ ਨਾਲ ਸੀ ਮੇਲੇ ਮੈਂਬਰ ਨੂੰ ਪੁੱਛ ਲਈ ਮੇਰਾ ਮੂੰਹ ਦਿਖਾਣ ਜੋਗਾ ਨਹੀਂ ਰਿਹਾ ਇੰਨੀ ਬੇਸ਼ਰਮੀ ਆਈ ਕਿ ਨਹੀਂ 10 ਦਿਨ ਹੋ ਗਏ ਸਕੂਲ 'ਚ ਨਹੀਂ ਬੜਿਆ ਹੈਗਾ ਬੇ ਕੋਈ ਨਾ ਕੱਲ ਨੂੰ ਭੱਗ ਜੂਗਾ ਕਿਧਰੇ ਨਹੀਂ ਕੁਛ ਹੁੰਦਾ ਹੈਗਾ ਮੰਮੀ ਕਟਾਉਂਦਾ ਮੈਡਮ ਨੂੰ ਕਹਿੰਦਾ ਇਹ ਪੜਦਾ ਨਹੀਂ ਹੈਗਾ ਕੁੱਟੋ ਕਹਿੰਦਾ ਇਹਨੂੰ ਮੈਂ ਕੁੱਟ ਦੇ ਮੈਨੂੰ ਹਜੇ ਵੀ ਮੈਨੂੰ ਇਹ ਕਹਿੰਦਾ ਕਟਾਉਂਦਾ ਲੱਛਣ ਨੇ ਤੇਰੇ ਕੁੱਟ ਖਾਣ ਵਾਲੇ ਤੇਰੇ ਪੁੱਤ ਨੂੰ ਦੇਖੀ ਮੰਮੀ ਇਹ ਟਾਉਣਾ ਹੈ ਕਿ ਆ ਬਿਗੜਾ ਰਹਿ ਗਏ 10 ਪੈਸੇ ਰਹਿੰਦਾ ਹੁੰਦਾ ਉਹ ਵੀ ਬਗਿਆੜ ਦੀ ਸਿਰ ਤੇ ਬਿਠਾਈ ਇਹਨੂੰ ਜੇ ਲੈ ਕੇ ਜਾਂਦਾ ਖੇਤ ਪਤਾ ਕੀ ਕਰਦਾ ਗਵਾਂਢੀਆਂ ਨੇ ਗਾਜਰਾਂ ਪੱਟ ਲੀਆਂ ਸਾਰੀ ਬਰਸੀਨ ਲੱਤ ਰਿਆ ਉਹਨਾਂ ਦੀ ਪਰਾਲੀ ਦੇ ਉੱਤੇ ਐ ਮਾਰੇ ਪੁੱਠੀਆਂ ਛਾਲਾਂ ਵੇ ਕੋਈ ਨਾ ਨਿਆਣਾ ਬੇ ਨਿਆਣਾ ਤੂੰ ਪਤਾ ਨਹੀਂ ਕਿੱਥੋਂ ਕਿੱਥੋਂ ਛਾਲਾਂ ਮਾਰਦਾ ਹੋਵੇਂਗਾ ਜਾਂ ਪੂਰੇ ਨਹੀਂ ਕਰਦਾ ਗੱਲ ਬਸ ਮੈਨੂੰ ਇਹ ਕਹਿ ਰਿਹਾ ਕਰ ਇਹਨੂੰ ਨਾ ਕਹੀ ਨਲੀਆਂ ਉਹਨਾਂ ਨੇ ਕੋਠੇ ਵਾਲੇ ਬਾਹਰ ਨਾਲ ਪੂੰਝਿਆ ਆ ਕੱਢ ਕੱਢ ਕੇ ਓਹ ਹੋਰ ਕਿੱਥੇ ਪੂੰਝੂਗਾ ਭਲਾ ਮੰਮੀ ਨਲੀਆਂ ਲੱਗ ਰਹੀਆਂ ਕੱਢੂਗਾ ਮੈਂ ਹੁਣ ਬੜਾ ਫਿਰ ਸਾਰੇ ਕੋਠੇ ਤੇ ਕੱਢਣੀਆਂ ਦੀ ਅਗਲੇ ਦੇ ਬਾਹਰ ਤੇ ਲਾਇਆ ਸਾਹਮਣੇ ਨਿਸ਼ਾਨੀਆਂ ਬੇ ਤੂੰ ਹੁਣ ਮੈਨੂੰ ਐਂ ਦੱਸ ਇਹਨੂੰ ਖੇਤ ਲੈ ਕੇ ਜਾਵੇਂਗਾ ਕਿ ਨਾ ਮੈਂ ਨਹੀਂ ਲੈ ਕੇ ਜਾਂਦਾ ਖੇਤ ਕੀ ਕਰੂਗਾ ਲੰਬਾ ਕਰਵਾ ਦੂਗਾ ਗਵਾਂਢੀਆਂ ਤੋਂ ਵਧੀਆ ਬਣਦੀ ਆ ਉਹ ਵੀ ਬੋਲਣ ਹਟ ਜਾਣਗੇ ਬੇ ਬੜਾ ਸਿਆਪ ਹਾਂ ਗੱਲ ਕਰਦਾ ਕਿਸੇ ਨਾਲ ਇਹ ਹਾਂ ਬੇ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਅੱਜ ਦਿਨ ਲੈ ਜਾ ਕੱਲ ਨੂੰ ਇਹ ਸਕੂਲ ਵਗ ਜੂਗਾ ਅੱਜ ਦਿਨ ਨਾਲ ਕੁਛ ਨਹੀਂ ਹੁੰਦਾ ਹੈਗਾ ਲੈ ਜਾ ਲੈ ਜਾ ਰਹਿਣ ਦੇ ਕਿਉਂ ਮੂੰਹ ਕਾਲਾ ਕਰਾਏਂਗੀ ਮੇਰਾ ਨਾਲੇ ਆਪਦਾ ਇਹ ਸਾਰਾ ਕੁਛ ਲੱਤ ਦਾ ਬੁੱਧੀ ਕਰੇਊਗਾ ਗਵਾਂਢੀਆਂ ਦੇ ਤੈਨੂੰ ਕੀ ਪਤਾ ਕਿਸੇ ਦੇ ਖੇਤ 'ਚ ਨਾ ਬਣੀ ਪੁੱਤ ਚੰਗਾ ਉਹ ਤਾਂ ਮੰਮੀ ਮੈਂ ਦੇਖਦਾ ਦੀ ਵੀ ਗਾਜਰਾਂ ਲੱਗ ਰਹੀਆਂ ਨੇ ਉਹ ਬਣ ਗਈਆਂ ਕਰਾਂ ਅੱਛਾ ਐਂ ਤਾਂ ਮੇਰੇ ਪੁੱਤ ਦਾ ਬਥੇਰਾ ਦਿਮਾਗ ਖਾਗਾ ਇਹ ਦੇਖਦਾ ਹੋਣਾ ਵੀ ਗਾਜਰਾਂ ਕੱਡੇ ਕੱਡੇ ਕੋ ਹੋ ਰਹੀਆਂ ਨੇ ਭਲਾ ਮੈਂ ਦੇਖ ਰੱਖਿਆ ਦਿਮਾਗ ਪਹਿਲਾਂ ਰਾਕਟੇ ਨੇ ਬਣਾ ਰੱਖਿਆ ਤੂੰ ਵੀ ਚੜ ਕੇ ਝੂਟੀ ਲੈ ਲਈ ਉੱਤੇ ਜਾ ਕੇ ਇਹਦੇ ਨਾਲ ਹੋਰ ਤੈਨੂੰ ਖੇਤ ਲੈ ਕੇ ਨਹੀਂ ਜਾਂਦਾ ਮੈਂ ਨਹੀਂ ਲੈ ਕੇ ਜਾਂਦਾ ਕਿ ਹਲਾਂਬਾ ਕਰਾ ਦੂਗਾ ਮੇਰੀ ਗੱਲ ਸੁਣ ਬੇ ਕਿਹਦੇ ਨਾਲ ਗੱਲ ਕਰਦਾ ਇਹ ਜਿਹੜੀ ਆਪਣੇ ਪਿੰਡ ਵਾਲੀ ਹੈਗੀ ਮੰਮੀ ਉਹ ਲਾਪੋ ਹਾਂ ਉਹ ਖੇਤ ਜਾਂਦੀ ਹੁੰਦੀ ਇਹਦੇ ਕੋਲੇ ਸੌਂਖਾ ਹਾਂ ਬੜਾ ਸਿਆਪਾ ਸਿਰ ਤੈਨੂੰ ਕੀ ਪਤਾ ਮੈਂ ਤੈਨੂੰ ਦਿਖਾਉਂਗਾ ਚੰਗਾ ਮੇਰੀ ਗੱਲ ਸੁਣ ਮੈਂ ਨਹੀਂ ਤੇਰਾ ਯਕੀਨ ਮੰਨਦੀ ਠੀਕ ਆ ਤੂੰ ਤਾਂ ਸਾਨੂੰ ਲੜਾ ਕੇ ਰਾਜੀ ਆ ਤੂੰ ਮੈਂ ਲੜਾਉਂਦਾ ਨਹੀਂ ਹੈ ਮੰਮੀ ਮੇਰੀ ਗੱਲ ਸੁਣ ਲੈ ਹਾਂ ਮੈਂ ਤੇਰਾ ਸਿਆਣਾ ਪੁੱਤ ਆ ਨਾ ਤੂੰ ਮੇਰਾ ਸਿਆਣਾ ਪੁੱਤ ਤਾਂ ਹੈਗੇ ਆ ਬੇ ਹੋਰ ਹੀ ਨਾਚਾਂ ਦਾ ਚੜਾ ਦੀ ਭਲਾ ਇਹਦੇ ਕੋਲੇ ਕਾਲੇ ਕੱਟੇ ਲੱਗੇ ਕੌਣ ਆਊ ਇਹਦਾ ਮਹੀਂ ਦੀ ਪਤਾ ਨਹੀਂ ਕਿਹੜੇ ਟਾਈਮ ਨੂੰ ਡੁੱਬ ਗਈ ਇਹਦੇ ਮਾਂਗਰ ਮੰਮੀ ਮੇਰੀ ਗੱਲ ਸੁਣ ਲੈ ਸੌਣ ਲੱਗਿਆ ਚੁੱਪੇ ਦੀ ਹੁਣ ਹੀ ਟੁੱਟ ਜੇ ਜੇ ਮੈਂ ਝੂਠ ਬੋਲਾਂ ਹਾਂ ਮੈਂ ਅੱਜ ਸਕੂਲ ਜਾਊਂਗਾ ਠੀਕ ਹੈ ਤੈਨੂੰ ਕਿਦਾਂ ਪੱਕਾ ਪਸਾਉਂਗਾ ਮੈਂ ਇਹ ਪੱਕੀ ਗੱਲ ਆ ਪੱਕੀ ਗੱਲ ਹੈ
ਚੱਲ ਠੀਕ ਆ ਚੰਗਾ ਹੁਣ ਜਾਊਂ ਅੱਜ ਮੈਂ ਅੱਜ ਜਾਊਂਗਾ ਹਾਂ ਚੰਗਾ ਪਾ ਗਿਆ ਪੁੱਤ ਮੇਰੇ ਦਿੰਦੇ ਮੈਨੂੰ ਅੱਛਾ ਨਾ ਪਾ ਗਿਆ ਮੇਰੇ ਪੁੱਤ ਦੇਖ ਅਫਸਰ ਬਣਾਉਂਗੀ ਮੇਰੇ ਪੁੱਤ ਨੂੰ ਮੈਂ ਹਾਏ ਮੈਂ ਮਰ ਜਾ ਕਿਤੇ ਮੁੰਡੇ ਦੀ ਗੱਲ ਸੱਚੀ ਨਾ ਹੋਵੇ ਲਾਭੋ ਮੇਰੀ ਸੌਕਣ ਜਾਂਦੀ ਨਾ ਹੋਵੇ ਨਾ ਨਾ ਮੇਰਾ ਮਨ ਨਹੀਂ ਮੰਨਦਾ ਭਲਾ ਇਹ ਤਾਂ ਮੇਰਾ ਭਣੋਈਆ ਸੀ ਕੰਜਰ ਨੇ ਪਤਾ ਨਹੀਂ ਕਿਹੜਾ ਬੈਰ ਕੱਢਿਆ ਮੇਰੇ ਨਾਲ ਜਿਹੜੀ ਇਹਦੇ ਲੜ ਲਾਤੀ ਪਲੇਗ ਦੇ ਜਣੇ ਨੂੰ ਆਏ ਤੀ ਵੀ ਜੇ ਸੋਹਣੇ ਜਿਹੇ ਤਾਂ ਵਸਾਤੀ ਇਹ ਮੇਰੇ ਕੋਲ ਨਹੀਂ ਝਾਕਣੀ ਹੈਗੀ ਰਾਮੀ ਤੀਗਾ ਉਹ ਵੀ ਠਰਕੀ ਕਬੀਜ ਮੈਂ ਤਾਂ ਹੁਣ ਵੀ ਨਹੀਂ ਝਾਕਦੀ ਕਾਲਾ ਪੀੜਾ ਹੈਗਾ ਤਾਂ ਮੇਰੇ ਘਰ ਵਾਲੀ ਹੈਗਾ ਹੋਰ ਹੀ ਸੋਚਾਂ ਸੁਣ ਲੈਣਾ ਕਿ ਮੇਰਾ ਤਾਂ ਕੰਮ ਨੂੰ ਵੀ ਨਹੀਂ ਜੀ ਕਰਦਾ ਚੱਲ ਰਾਜ ਪਾਥੀਆਂ ਦਾ ਥੱਲ ਲਾ ਲੋਹਾ ਵੇਚ ਗੱਤੇ ਵੇਚ ਪੱਟੀਆਂ ਪਰੋਣੀਆਂ ਬੋਰੀਆਂ ਵੇਚ ਉਹ ਖੜੀ ਬਾਈ ਓਏ ਉਹ ਹਾਂ ਬਾਈ ਦੱਸ ਓਏ ਬੋਤਲਾਂ ਵੀ ਲੈ ਲੈਣਾ ਤੂੰ ਹਾਂ ਬਾਈ ਲੈ ਲੈਣੇ ਬੋਤਲਾਂ ਓਏ ਪਾਪਾ ਪੀਦਾ ਉਹਨਾਂ ਦਾਰੂ ਅੱਛਾ ਬੋਤਲਾਂ ਦਵਾਂ ਫਿਰ ਲੈ ਫਿਰ ਦੇ ਲਿਆ ਜਲਦੀ ਲਿਆ ਮੈਂ ਬੈਗ ਜੀ ਬਾਈ ਫਿਰਦਾ ਅੱਛਾ ਲੈ ਜਲਦੀ ਦੇਖ ਕਿਹੜੀਆਂ ਤੇਰੀਆਂ ਬੋਤਲਾਂ ਨੇ ਆ ਫੜ ਬਾਈ ਚੁਸਕੇ ਹੈਗੇ ਨੇ ਲਵੇ ਚੁਸਕੇ ਚੁਸਕੇ ਤਾਂ ਨਹੀਂ ਹੈਗੇ ਆਪਣੇ ਕੋਲ ਪਿਸਤੌਲ ਹੈਗੀ ਹੈ ਪਿਸਤੌਲ ਨਾ ਪਿਸਤੌਲ ਪਿਸਤੌਲ ਵੀ ਨਹੀਂ ਹੈਗੀ ਉਹ ਤੂੰ ਨਾਲੇ ਯਾਰ ਇੰਨੀ ਰੋੜੀ ਭਰੀ ਫਿਰਦਾ ਤੇਰੇ ਕੋਲ ਕੁਝ ਹੈ ਤਾਂ ਗਿਆ ਨਹੀਂ ਉਹ ਮੈਂ ਤਾਂ ਕਬਾੜ ਦਾ ਕੰਮ ਕਰਦਾ ਮੈਂ ਕਿਹੜਾ ਪਿਸਤੌਲ ਨਾਲ ਚੱਕੀ ਫਿਰਦਾ ਦੱਸ ਉਹ ਮੈਨੂੰ ਕੀ ਦੋਵੇਂ ਬੋਣਾ ਇਹਦੇ ਤਾਂ ਬਈ ਤੈਨੂੰ ਸਾਰੇ 2 ਕਰਵੇ ਮਿਲਣਗੇ 2 ਰੁਪਈਆਂ ਦੀ ਨਹੀਂ ਹੈਗੀ ਇੰਨੀ ਮਹਿੰਗੀ ਲਿਆਉਂਦਾ ਮੇਰਾ ਪਾਪਾ ਜਾਖੜ ਤੋਂ ਦਾਰੂ ਇਹ ਉਹ ਫਿਰ ਉਹਦੇ ਚ ਦਾਰੂ ਹੁੰਦੀ ਹੈ ਹੁਣ ਤਾਂ ਇਹ ਖਾਲੀ ਹੈ ਹੁਣ ਤਾਂ ਇਹ ਕਬਾੜ ਹੈ ਹੁਣ ਤਾਂ ਇਹ 2 ਰੁਪਏ ਦੀ ਵਿਕੂਗੀ ਸਾਰੇ ਦੇ ਮੈਨੂੰ ਤਾਂ ਆਪਣੀ ਬੋਤਲਾਂ ਫੜਾ ਲੈ ਜਾ ਫਿਰ ਆਪਦੀਆਂ ਬੋਤਲਾਂ ਉਹ ਸੜਿਆ ਆ ਦਿਮਾਗ ਖਰਾਬ ਕਰਿਆ ਖਾਮ ਖਾਈ ਚੱਲ ਪੱਟ ਪੁਰਾਣੀ ਬੋਰੀਆਂ ਵੇਚ ਗੱਤੇ ਵੇਚ ਲੈ ਉਰੇ ਦਾ ਕੋਈ ਨਹੀਂ ਆਉਂਦਾ ਹੈਗਾ ਅੱਜ ਅਰਜਣੀ ਪਾਪੇ ਨੂੰ ਪਤਾ ਲੱਗਦਾ ਨਾ ਲੱਗਦਾ ਮੰਮੀ ਨੂੰ ਪਤਾ ਵੀ ਕਿੱਥੇ ਵਗ ਗਿਆ ਆ ਤਾਂ ਉਰੀ ਬੈਠੂ ਮੈਂ ਨਹੀਂ ਜਾਂਦਾ ਸਕੂਲ ਭੈਣ ਦੀ ਮੈਡਮ ਜੀ ਉੱਥੇ ਕੁੱਟ ਕੁੱਟ ਕੇ ਚੱਤੜ ਦਾਲ ਕਰ ਦਿੰਦੀ ਆ ਆ ਤਾਂ ਉਰੀ ਬੈਠਣਗੇ ਯਾਰ ਅਰੇ ਪਾਪੇ ਨੂੰ ਨਹੀਂ ਪਤਾ ਲੱਗਣਾ ਤੁਸੀਂ ਭੈਣ ਨੂੰ ਤੁਸੀਂ ਹੋਏ ਆਏ ਆਏ ਓਏ ਆਏ ਓਏ ਆਏ ਓਏ ਮੇਰੇ ਤਾਂ ਚੁੱਪਾ ਵੀ ਲਿਪੜ ਗਿਆ ਹੁੰਦਾ ਆਏ ਸੱਟ ਵੱਜੀ ਓਹੋ ਭੈਣ ਦੇ ਯਾਰ ਦੀ ਕੰਸ ਜੀ ਆਏ ਫਿਰ ਮੁੜ ਦੇਖਦੇ ਜੀ ਆਇਆ ਆਏ ਚੜੂ ਯਾਰ ਸੋ ਆਏ ਹਾਏ ਓਏ ਸਾਰੀ ਸੜੀ ਹੋਈ ਕੰਸ ਭੈਣ ਦੇ ਯਾਰ ਦੀ ਹਾਏ ਮੰਮੀ ਕੰਡੇ ਖੁੱਬ ਗਏ ਆਏ ਓਹੋ ਆਏ ਹਾਏ ਚੱਪਾ ਹੀ ਟੁੱਟ ਗਈ ਮੇਰਾ ਸਾਰੀ ਯਾਰ ਐਂ ਕਰਦਾ ਤਾਂ ਕਿਸੇ ਨੂੰ ਨਹੀਂ ਪਤਾ ਲੱਗਦਾ ਹੈਗਾ ਉਹੀ ਸੋ ਜਾਂਦੇ ਆ ਯਾਰ ਮਾਣੋ ਨੂੰ ਵੀ ਨਾਲ ਲੈ ਕੇ ਆਉਣਾ ਸੀਗਾ ਮੰਮੀ ਜੀ ਨੇ ਮਾਣੋ ਵੀ ਉੱਥੇ ਕਢਾ ਦਿੱਤੀ ਮੇਰੇ ਤੋਂ ਰੋ ਜੀ ਸੋ ਜਾਣਾ ਕਦੋਂ ਛੁੱਟੀ ਹੋ ਗਈ ਫਿਰ ਭੱਗ ਦੂੰਗਾ ਬੈਲ ਵੱਜ ਗਈ ਲੈ ਬਾਈ ਅੱਜ ਕਿਤੇ ਵਧੀਆ ਹੋ ਗਿਆ ਪਰਾਲੀ ਕੁੱਟਤੀ ਯਾਰ ਤਾਂ ਹੁਣ ਵਿਹਲੇ ਰਹਿਣਗੇ ਜਾ ਕੇ ਸੋਈਏ ਓਏ ਆਹ ਕਿਹੜਾ ਪਿਆ ਓਏ ਕਦੇ ਮਾਰ ਕੇ ਤਾਂ ਕੋਈ ਡੇਗ ਗਿਆ ਕਿਤੇ ਉਹ ਦੇਖੀਓ ਕਰ ਮੈਂ ਕਿਤੇ ਹੋਰ ਕੰਮ ਵੱਜੇ ਦੇਖੀਏ ਬੋਲਦੀ ਨੀ ਸਾਡੇ ਪਿਆ ਤੂੰ ਉਹ ਦੱਸ ਯਾਰ ਉਹ ਪਤਾ ਕੀ ਹੋ ਗਿਆ ਉਹ ਨਾ ਮੇਰੇ ਮਗਰ ਕੁੱਤੇ ਪੈ ਗਏ ਯਾਰ ਉਹ ਯਾਰ ਫਿਰ ਮੈਂ ਉਹਨੇ ਕੰਧ ਕੋਲ ਆ ਗਿਆ ਯਾਰ ਮੈਂ ਕੰਧ ਤੋਂ ਛਾਲ ਮਾਰ ਕੇ ਅੰਦਰ ਆ ਗਿਆ ਉਹ ਮੇਰੇ ਸੱਟ ਵੱਜੀ ਮੈਨੂੂੰ ਨੀਂਦ ਆ ਗਈ ਯਾਰ ਚਾਚਾ ਮੈਂ ਦੱਸ ਸਾਰੇ ਪਿੰਡ ਠੇਕਾ ਤੇਰੀ ਲਿਆ ਹੋਇਆ ਕੁੱਤਿਆਂ ਦਾ ਉਹ ਚਾਚਾ ਯਾਰ ਕੁੱਤੇ ਵੱਢ ਲਾਂਗਾ ਮੈਨੂੰ ਫਿਰ ਐਂ ਤਾਂ ਤੇਰਾ ਚਾਚਾ ਕਿਹੜੇ ਪਾਸੋਂ ਲੱਗਿਆ ਤੂੰ ਨਾਲ ਤਾਂ ਮੇਰੇ ਪੜਿਆ ਕਰਦਾ ਸੀ ਓ ਯਾਰ ਮੇਰੇ ਤੋਂ ਵੱਡੀ ਦਾ ਤੇਰੇ ਦਾੜੀ ਯਾਰ ਚਾਚਾ ਦਾ ਲੱਗਦਾ ਤੂੰ ਓ ਚਾਚਾ ਲੱਗਦਾ ਜੇ ਪੜ੍ਹ ਲਿਖਦਾ ਕੁਛ ਬਣ ਜਾਏਗਾ ਓ ਯਾਰ ਚਾਚਾ ਪੜ੍ਹ ਲਿਖ ਕੇ ਤੂੰ ਕੀ ਬਣਦਾ ਮੈਨੂੰ ਆ ਦੱਸ ਦੇ ਪਹਿਲਾਂ ਤੂੰ ਡੀਸੀ ਲੱਗ ਗਿਆ ਯਾਰ ਓ ਮੈਂ ਤਾਂ ਨਹੀਂ ਲੱਗਿਆ ਤੂੰ ਤਾਂ ਲੱਗ ਜਾਏਗਾ ਓਏ ਚਾਚਾ ਤੂੰ ਰਹਿਣ ਦੇ ਯਾਰ ਤੂੰ ਛੱਤਰਾ ਕਹੀ ਜਾਣਾ ਮੇਰੀ ਚਾਚੀ ਤੋਂ ਮੈਂ ਤੂੰ ਇੰਨੇ ਵਾਰੀ ਦੇਖਿਆ ਤਾਂ ਕਿੱਦਾਂ ਦੇਖਿਆ ਆਹੋ ਝੂਠ ਬੋਲਦੇ ਤੁਹਾਡੇ ਕੰਧ ਤੇ ਜਿਹੜੀ ਮੋਗੀ ਆ ਖੁਰਲੀ ਵਾਲੇ ਪਾਸੇ ਉੱਥੋਂ ਜੰਨੇ ਵਾਰੀ ਦੇਖਿਆ ਮੈਂ ਤੂੰ ਹਾਂ ਤੂੰ ਦੇਖਦਾ ਹੁੰਦਾ ਫਿਰ ਅੱਛਾ ਹਾਂ ਮੇਰੀ ਚਾਚੀ ਕੁੱਟਣ ਲੱਗ ਰਹੀ ਨਾ ਤੈਨੂੰ ਮੈਂ ਦੱਸੂ ਤੇਰੇ ਬਾਪ ਨੂੰ ਵੀ ਉਹ ਪਿਆ ਸਕੂਲ ਨਹੀਂ ਗਿਆ ਬਾਪ ਨੂੰ ਨਾ ਦੱਸ ਦੀ ਮੈਂ ਇੱਟ ਮਾਰੂੰ ਚੱਕ ਇੱਟ ਮਾਰੇਗਾ ਹਾਂ ਇੱਟ ਵੀ ਫੜਾ ਇਧਰ
पिछे मुड़ जा अखा बंद कर ले पिछे मुड़ जा पिछे मुड़ के अखा बंद कर ले बापू कह बापू मैं कहना कहना नहीं है पिट मारूंगा खड़ दे भाग जा बापू भाग जा भाग जा बापू ओ तेरी ओ खड़दा खड़दा आ जा रुर, रुर। मैं दस्सू तेरे बापू नूं हा हुण कहनू भैंदा आण दे भैंदा बहुत गंदा जवाक वाला बग च वड़ के सो जांदा मेरे नाल पढ़िया करदा तेरा चाचा लगदा दस मैं भले मानसा लै आ देखी कद्दू भी देख ला रुड़ जाने ने कदे कई बारी कहता है भी इहदे स्प्रे कर दे कोई ना जमी गौर नहीं करता है गया प्लेग दे जान तड़की ना पोचवी पग बन के निकल जाता गा पता नहीं कितने का निकलता कितने ना ना मैनू पता लगे आ होर दे ला चूने जो तो खड़े का बना ही नहीं कद्दू की करा सुक जाते एक चाची करो आ गई मेरी सुकना नहीं आ जा आ जा करी लै सब्जी तोड़न लग रही है मत्थे टेक दिया ची ज्योंदी बसदी रह होर दस कि मैं होर तो ठीक हाँ नहीं बेल बुलाई सोनी ला रखिया ने है चल छो गल मैं तेन कहना चाची नी मेनू एक लाल टमाटर दे तेरे आला भतीजा ना चटनी मंगी जांदा नी खेड़े पे पया दो चिबड़दा पे थी नी मैं चल लाल जी चटनी हो जूगी है साढ़े तो तेन पता 100 रुपये किलो हो रहे लाल टमाटर आ कि उजड़ा है कदे ना तो मूर्क जाए ना मीनू जान दे किसी पास आ सब्जी आए तेन पता जमी अग लग रही है दाल बस मैं टमाटर दस की हो जाए चल फिर कद्दू मैनू दे तू होर तोड़ ली है चल चंगा लै जा लै कर ली होर फिर कि मैं ते कोई काम धंधा हुंदा मैनू दस दे कर मैं करा जा करूं चंगा चंगा कोई ना करा दिया करी चंगा जे जाके दाल धर ला भाईओ चल ठीक है जी बथेरी मोटी पर एदे मंग लोकां दा खा के तां नहीं होई हैगी कोई कद्दू भी नहीं हैगा होर भी तोड़ ला लाल टमाटर दे दे कहिंदी दस तेरा खसम पेडे लग गया लाल टमाटरां दे भी उह तोड़ के दे दां मैं खा लिया तीवी ने आके ना चौड़ी होके हाँ चाची कि उरे आके चढ़ गई भी जो परसावा पै गया मैं तो लगता मगरों मूहरे कद पहला भी कद्दू से गिज गई ए मगर को आई होनी कद्दू तो लेके गए होनी पक्का है ना कि आ बड़ी होनी गिले बालों परसावा तो पैनी है गा मैं उरे की बोल दी हाँ देखा कोई होर दाल देख लूंगी ऐ करूंगी अज तो मां सौदे करूंगी मैं वो करती हाँ अज का नजारा आ गया नाले किसी नहीं पता लगना भैन की डांग असरीवाल चाची वे पागला वे पागला डंगर दमाक दिया मैं तेरी भाभी लगती हां चाची दा तेरी मां मेरी लगती है चाची भी लगती है तू मेरी मम्मी नूं कहनी हुंदी है चाची पर तू मेरी चाची लगी वे दुरफिट्टे नूं मरने तेरी भाभी लगती है मैं मेरा कड़ा हजे ब्याह होया भाभी मेरी लगी तू मेरी मेरा खसम दा तेरा भाई लगदा उई ना दिमाग खराब कर जा भग जा देख और मैं चाचा कहना उना वे चंगा भग जा जा भज जा आ कद्दू कित्थों लेके आई है तू वे थोड़े घरों ले आई तेरी मम्मी तो तोड़ी तोड़ के ले आई है तू वे तेरी मां ने दित्ता कबीया ओ कहंदी ओ तो है नहीं लाल टमाटर लेने गई थी मैं कहंदी लाल टमाटर नहीं हैगे कद्दू ले जा भाभी तेनू की लाल टमाटर दा घट हैगा तू जित्थों मर्जी जाके लाल टमाटर चक ले आ मेरी चढ़ाई है मरने साडे की रेडियां लगियां होईयां ने टमाटरां दी है कोई नहीं मैं दसदा जाके मेरी मम्मी नूं की दसदा मापे दसूं जिहड़ी गल दसनी होई पता मैनूं सारा तरा जिहड़ा खेत जानी होणी तूं साडे बे फिर दुनिया ही जांदी है खेत नूं जे मैं बाकी फिर की होवे मेरे पापे नूं पट्टण नूं फिरदी आं तूं मरने चोकर मरने आ ए मरने आ मैं दसूं तेनूं मैं तेरे मैं कटाऊं मेरी मम्मी दस के भग जा मैं तो जुत्तियां खाएंगा कभी कित्थों पागल मत्थे लग्या कंजर ने दिमाग खराब करता जे मुड़ के हुण इधर आए ना तेनूं पन्नू फड़ के मर जाणा हाँ पता नहीं की दसू आपकी मां नू जाके उई ना लड़ाई करा दे
ਉਹ ਮੇਲੇ ਆ ਲੈਂਦਾ ਚੱਕੇ ਕੋਈ ਨਾ ਲੈ ਜਾਓ ਚੱਕੇ ਅਗਲੇ ਮੁੜਦੇ ਗੇੜੇ ਲੈ ਜਾਓ ਖੜਾ ਚਾਚਾ ਦਾ ਆ ਤਾਂ ਕੋੜਨ ਲਾਪੋ ਆਂਦੀ ਆ ਬਗੀ ਕਿਵੇਂ ਚਾਚੇ ਇਹ ਲਾਪੋ ਠੀਕ ਆ ਭਾਈ ਆਹੋ ਪਰਾਲੀ ਨੂੰ ਕਹਿ ਕੇ ਆਇਤੀ ਚਾਚੇ ਤੂੰ ਮੈਨੂੰ ਵੀ ਪਰਾਲੀ ਚੱਕ ਲੈ ਬੱਤੂ ਪਈਆ ਜਿੰਨੀ ਮਰਜ਼ੀ ਲੈ ਜਾ ਕੁੱਟੀ ਕਟਾਈ ਲੈ ਜਾ ਚਾਹੇ ਨਾ ਤਾਂ ਚੱਲ ਕੁੱਟਦਾ ਮੈਂ ਘਰੇ ਲਓ ਫਿਰ ਟੋਕਾ ਵੀ ਨਾਲ ਦੀ ਨਾਲ ਕਰਾਤਾ ਹੋਰ ਮਾਂ ਸੁਕਰੀ ਦੀ ਹੁਣ ਐ ਕਰ ਆਹੀ ਚੱਕੇ ਲੈ ਜਾ ਭਰਾ ਜਾ ਪਰ ਉਹ ਤਾਂ ਕਿਵੇਂ ਲੈ ਕੇ ਜਾਉ ਚਾਚੇ ਮੈਂ ਪੱਲੀ ਲਈ ਆ ਤੂੰ ਐ ਕਰ ਪੱਲੀ ਚ ਪਵਾ ਦੇ ਵਿਸ਼ਾ ਫਿਰ ਪੱਲੀ ਉਰੇ ਹੋਰ ਉਹ ਕੋੜਨੇ ਲੈ ਲੈ ਫੜ ਬੱਲੇ ਪੱਲੇ ਆ ਲੈ ਫੜਾ ਵੀ जोर ला दे माड़ा जा लै मोड़ दे मोड़ दे मोड़ दे मोड़ दे बस कि नहीं जाता और तू तो लै मैं कुट्टी कटाई कहा भी ले जा ना चल कोई ना चाचा मैं रुग रुग ना हरे च पाके कुट लिया करांगे घरे ता तेरी चाची शक कर दी चल उर ता कोई है नहीं हुना मैं कहंदी ती चाचा कोई बंदा ला लंदा नाल आपा ते चक्के नहीं जाने लै बौली उरे किथे लावांगे तैनू पता घंटा दे हिसाब नाल मशीन चल रही है लै फड़ा अच्छा ए लै ए लै खड़ जा चाचा खड़ जा ए लै छड़ दे चाचा लै जा ए मगरा होए मेरे साले दा झटका जा पै गया टूई नु ता ਬੜਾਈ ਚੂਈ ਕਹਿਤਾ ਲੈ ਮੈਂ ਚਕਾ ਦਾਣਾ ਕਿੱਥੇ ਪੰਗਾ ਛੇੜ ਲਿਆ ਜਾਨ ਨੂੰ ਚਲ ਆ ਪਰਾਲੀ ਜੀ ਕਟਾ ਕੇ ਨਾ ਫੇਰ ਦਿਖਾਣਾ ਟੂਈ ਕਿਸੇ ਨੂੰ ਲੈ ਦੱਸ ਹੈ ਪਤਾ ਨਹੀਂ ਕਿਹੜੇ ਟਾਈਮ ਦਾ ਉੱਜੜਾ ਕਿੱਥੇ ਉੱਜੜਾ ਆ ਇੱਕ ਤਾਂ ਸੂਪ ਹੀ ਬੈੜੀ ਉਹ ਦੂਜੀ ਸੂਣ ਵਾਲੀ ਆ ਗਈ ਹਾਏ ਉਹਦੇ ਬੈਠਣਾ ਪੈਂਦਾ ਇੱਕ ਤਾਂ ਹਾਏ ਮਰ ਗਿਆ ਮੈਂ ਵੀ ਕੁੰਡ ਕੱਟ ਕੇ ਖੜ ਗਈ ਮੈਨੂੰ ਕੀ ਪਤਾ ਤੀਗਾ ਹਾਏ ਵੇ ਕਿੱਥੋਂ ਉੱਜੜਾ ਆਇਆਗਾ ਇਹ ਕਾਨੂੰ ਆਇਆ ਉੱਜੜ ਕੇ ਹਾਂ ਇਹ ਭਲਾ ਕਰਦੇ ਕਰਦੇ ਆਪਦਾ ਬੁਰਾ ਕਰਾਇਆ ਆ ਹਾਏ ਹਾਏ ਐਂ ਕਰਦਾ ਹੁੰਦਾ ਕੰਜਰ ਦੇ ਜਣਾ ਜਵਾਕ ਹੋਣ ਵਾਲਾ ਹੁੰਦਾਗਾ ਇਹ ਕਾਨੂੰ ਆ ਜਵਾਕ ਹੋਣ ਵਾਲਾ ਹੁਣ ਤਾਂ ਲੈ ਹਾਂ ਇਹ ਪੰਡ ਚਕਾਤੀ ਕਿਸ ਨੂੰ ਪੰਡੇ ਬਹੁਤ ਭਾਰੀ ਪਾਰਖ ਜੀ ਮੇਰੇ ਤਾਂ ਲੱਗਦਾ ਮੇਰੇ ਤਾਂ ਚੁੱਕ ਪੈ ਗਈ ਪੰਡ ਚਕਾਤੀ ਕਿਉਂ ਕੀ ਗੱਲ ਤੈਨੂੰ ਜ਼ਰੂਰੀ ਸੀ ਤੂੰ ਅਗਲੇ ਨੂੰ ਕਹਿੰਦਾ ਭਾਈ ਮੈਂ ਤਾਂ ਚਕਾਉਣਾ ਨਹੀਂ ਹੈਗਾ ਬੋਝ ਭਾਰ ਇਹ ਰਾਹ ਚ ਵਿਚਾਰਾ ਲਈ ਖੜਾ ਤੀ ਮੈਂ ਆਖਿਆ ਚਲ ਔਖਾ ਹੋਊਗਾ ਵੀ ਚਕਾ ਦਾਂ ਆ ਸੱਚ ਆਪਣੇ ਜਿਹੜੀ ਆਹ ਕੀ ਇਹਦਾ ਨਾਮ ਚੁੱਕ ਹੁੰਦੀ ਆ ਇਹ ਤਾਂ ਮੈਨੂੰ ਲੱਗਦਾ ਨਾ ਲਾਭੋ ਵੀ ਕੱਢ ਲੈਂਦੀ ਆ ਨੀ ਮੈਂ ਮਰ ਜਾ ਸਾਰਾ ਦਿਨ ਕੰਜਰ ਦੇ ਲਾਭੋ ਯਾਦ ਰਹਿੰਦੀ ਆ ਕਿ ਪਲੇਗ ਦੇ ਨੇ ਪਤਾ ਨਹੀਂ ਕਿ ਮੇਰੀ ਸੁੱਖ ਨੇ ਘੋਲ ਕੇ ਪਿਆ ਤਾ ਕੁਛ ਤੈਨੂੰ ਲੈ ਕਹਿੰਦੀ ਉਹੀ ਹੋਰ ਇੱਕ ਤੇ ਲੈ ਜੇ ਕਹਾਣੀ ਨੂੰ ਚੱਕ ਕੇ ਇਹ ਲਾਭੋ ਦੀ ਮਾਂ ਪਹਿਲਾਂ ਚੁੱਕ ਕੱਢਿਆ ਕਰਦੀ ਉਹਨੇ ਦੱਸਤਾ ਉਸ ਨੂੰ ਉਹਦੇ ਕੋਲ ਗੁਰਾ ਇਹ ਚੀਜ਼ ਦਾ ਅੱਛਾ ਕਦੇ ਤਾਂ ਤੈਨੂੰ ਮਾਸਟਰ ਨਹੀਂ ਮਿਲਦੀ ਆ ਕਦੇ ਤੈਨੂੰ ਲਾਭੋ ਤੇਰੀ ਚੁੱਕ ਕੱਢਦੀ ਆ ਹੋਰ ਤਾਂ ਕੋਈ ਚੁੱਕ ਨਹੀਂ ਕਰ ਸਕਦਾ ਵੇ ਬੰਦੇ ਦਾ ਨਾਂ ਵੀ ਲੈ ਲਿਆ ਕਰ ਸਾਰਾ ਦਿਨ ਅੱਡਾ ਕੰਜਰ ਭੜੇ ਮੂੰਹ ਵਾਲਾਗਾ ਕਿਵੇਂ ਦਾ ਨਾਂ ਲਹੂਗਾ ਇਹ ਹੋਰ ਫਿਰ ਹੋਰ ਦੱਸ ਮੈਨੂੰ ਕੌਣ ਕੱਢਦਾ ਆਪਣੇ ਵੇ ਕੋਈ ਬੰਦਾ ਚੁੱਕ ਕੱਢਦਾ ਹੋਣਾ ਹਾਂ ਬੰਦਾ ਹੈਗਾ ਤਾਂ ਹੈਗਾ ਉਹ ਕਰਮੇ ਦਾ ਬਾਪੂ ਕੱਢਦਾ ਫਿਰ ਉਹ ਤਾਂ ਕੜਵਾ ਆਉਂਦਾ ਇੱਕ ਮੇਰੀ ਗੱਲ ਸੁਣੋ ਉਹ ਤੀਵੀਂ ਤਾਂ ਮੈਂ ਸੁਣਿਆਗਾ ਵੀ ਕੱਢਦੀ ਐ ਚੁੱਕੋ ਅੱਡੀ ਉੱਡੀ ਜੀ ਧਰ ਦਿੰਦੀ ਐ ਐਂ ਜੇ ਕਰਕੇ ਜਿਹਦੇ ਦੋ ਜਵਾਕ ਹੋਏ ਹੋਏ ਹੁਣ ਪਤਾ ਨਹੀਂ ਪੁੱਠ ਪੈ ਰਹੇ ਹੁੰਦੇ ਹੁੰਦੇ ਨੇ ਉਹ ਕੱਢਦੀ ਹੁੰਦੀ ਆ ਉਹਦੇ ਮੇਰੀ ਸੁੱਕਣ ਦੇ ਕਿਹੜਾ ਹਾਲ ਦਾ ਜੰਮੀ ਨਹੀਂ ਸੁਭੀ ਨਹੀਂ ਐ ਉਹ ਪਈ ਆਗੀ ਫੰਡਰ ਮੈਸ ਉਹ ਕੱਢੂਗੀ ਤੇਰੇ ਚੁੱਕ ਫਿਰ ਹੁਣ ਸਾਰਾ ਪਿੰਡ ਤਾਂ ਉਸੇ ਦੀ ਜਾਂਦਾ ਬੁੜੀਆਂ ਵੀ ਚੁੱਕ ਉੱਥੇ ਕਢਾਉਂਦੀਆਂ ਨੇ ਬੰਦੇ ਵੀ ਉੱਥੇ ਕਢਾਉਂਦੇ ਨੇ ਇਹ ਬੁੜੀਆਂ ਤਾਂ ਬੁੜੀਆਂ ਕਢਾਇਆ ਕਰਦੇ ਨੇ ਚੁੱਕ ਬੰਦੇ ਨਹੀਂ ਕਢਾਉਂਦੇ ਹੁੰਦੇ ਹੈਗੇ ਅੱਛਾ ਆਹੋ ਸਾਰਾ ਦਿਨ ਯਾਦ ਰਹਿੰਦੇ ਤੇਰੇ ਲਾਭੋ ਲਾਭੋ ਕਦੇ ਲਾਭੋ ਦਾ ਪੈਂਡਾ ਸੜ ਦਿਆ ਕਰ ਮੈਨੂੰ ਤਾਂ ਲੱਗਦਾ ਤੇਰੀ ਤਾਂ ਕੋਈ ਉਹਦੇ ਨਾਲ ਇਹ ਕਾਨੂੰ 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 ਇਹ ਰਾਜ ਕੁਰੇ ਕਾਨੂੰ ਚੁੱਪ ਕਰ ਜਾ ਸਾਰਾ ਦਿਨ ਆਹ ਮਾੜੀਆਂ ਮਾੜੀਆਂ ਗੱਲਾਂ ਪਿੱਛੇ ਕਲੇਸ਼ ਨਾ ਕਰਿਆ ਕਰ ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਚਾਚੀ ਕਹੂਗੀ ਜਦੋਂ ਚਾਚਾ ਲੱਗਦਾ ਫਿਰ ਤਾਂ ਠੀਕ ਆਗਾ ਮੈਨੂੰ ਤਾਂ ਦਾਣ ਚਕਲਾ ਲੱਗਦਾ ਸੀਗਾ ਇਹ ਚੰਗਾ ਫਾਲਤੂ ਗੱਲਾਂ ਦੇ ਸ਼ੱਕ ਨਾ ਕਰ ਐ ਕਰ ਮੈਂ ਫਿਰ ਜਾ ਇਹਨਾਂ ਕਰਮੇ ਦੇ ਬਾਪੂ ਤੂੰ ਕਢਾਇਆ ਵਾ ਮੇਰੀ ਸੌਕਣ ਨੇ ਅੱਧਾ ਪਿੰਡ ਮਾਂਗਰ ਲਾਰ ਕੇ ਹੈਗਾ ਪਤਾ ਨੀ ਸੌਕਣ ਲਵੇ ਕੀ ਜਾਦੂ ਹੈਗਾ
ਦੇਖਦੀ ਆ ਬੜੀ ਘਣੀ। ਹੁਣ ਇਹ ਆਉਂਦਾ ਗਾ ਮੰਮੀ ਆ ਕੀ ਹੋ ਗਿਆ ਕਰੀ ਜਾਂਦੀ ਤੂੰ ਮੈਂ ਕੀ ਦੱਸਾਂ ਤੇਰਾ ਬਾਪ ਤਾਂ ਉਹਨੂੰ ਲੱਭੋ ਨਾਲ ਮਰ ਗਿਆ ਮੇਰੇ ਬਾਪੂ ਬੰਬ ਕਾਹਨੂੰ ਮਰ ਗਿਆ ਪਲੇਗ ਦੇ ਜਾਣਾ ਮੈਨੂੰ ਰੰਡੀ ਕਰਨ ਫਿਰਦਾ ਕਰ ਰੁੱਟ ਜਾਣਾ ਕੀ ਜਾਂਦੀ ਉਹ ਨਾਲੇ ਬੇ ਉਹ ਤਾਂ ਅੰਦਰ ਕਰਾਉਣ ਗੱਲਾਂ ਹੁੰਦੀਆਂ ਨੇ ਤੈਨੂੰ ਦੱਸ ਨਹੀਂ ਸਕਦੀ ਤੂੰ ਮੇਰਾ ਪੁੱਤਾਂ ਪੁੱਤ ਹਾਂ ਤੂੰ ਮੈਨੂੰ ਐਂ ਦੱਸ ਕਿੱਥੋਂ ਆਇਆ ਹੁਣ ਤੋਂ ਮੈਂ ਮੰਮੀ ਸਕੂਲੋਂ ਆਇਆ ਸਕੂਲ ਚ ਆਇਆ ਮੇਰਾ ਪੁੱਤ ਸਿਆਣਾ ਪੁੱਤਾ ਮੇਰਾ ਪੁੱਤ ਅੱਜ ਮੈਂ ਪੜ ਕੇ ਆਇਆ ਸੱਚੀ ਹਾਂ ਲੈ ਹਾਂ ਨਾਲੇ ਮੇਰੀਆਂ ਤੁਸਕੀਆਂ ਲਿਆ ਦੇ ਇੱਕ ਰਹਿ ਗਈ ਦੇਖੀ ਹਾਂ ਇੱਕ ਰਹਿ ਗਈ ਬਸ ਪੁੱਤ ਦੰਦਾਂ ਨੂੰ ਕੀੜੇ ਲੱਗ ਜਾਣਗੇ ਐ ਨਹੀਂ ਲੱਗਦੇ ਦੰਦਾਂ ਨੂੰ ਕੀੜੇ ਮੈਂ ਤਾਂ ਕੀੜਾ ਐ ਜੱਬ ਜੂਆ ਉਹ ਤਾਂ ਠੀਕ ਆ ਪੁੱਤ ਤੂੰ ਐ ਕਰ ਮੈਂ ਕੋਈ ਕੰਮ ਕਰਦੇ ਤੂੰ ਬੈਡੀ ਤੇ ਰੱਖੀ ਬੈਠੀ ਤੇਰੇ ਬਾਪੂ ਨੇ ਚੁੱਕ ਕਢਾਉਣ ਗਿਆਗਾ ਕਿਦੇ ਕਢਾਉਣ ਬਾਗਾ ਚੁੱਕੋ ਹੋ ਤੂੰ ਤਾਂ ਸਾਰਾ ਦਿਨ ਲੱਭੋ ਲੱਭੋ ਕਰਦਾ ਰਹਿੰਦਾਗਾ ਓ ਮੰਮੀ ਮੇਰੀ ਗੱਲ ਸੁਣ ਹਾਂ ਲੱਭੋ ਮਿਲੀ ਤੀ ਮੈਨੂੰ ਮੋੜ ਤੇ ਕੱਦੂ ਲੈ ਗਈ ਦੀ ਆਪਣੇ ਉਹ ਹਾਂ ਲੈ ਗਈ ਤੇ ਮੇਰੀ ਸੌਕਣ ਕੱਦੂ ਮੈਂ ਪਛਾਣ ਲਿਆ ਮਾ ਬਿੰਗਾ ਜਾਂ ਕੱਦੂ ਸਾਡਾ ਹੈ ਹਾਂ ਬੇ ਤੂੰ ਤੇ ਤੂੰ ਹੀ ਬੋਲਾ ਬੋਲਾ ਕਹਿੰਦਾ ਕੰਜਰਾ ਤੇਰਾ ਦਿਮਾਗ ਤਾਂ ਬਸੇਰਾ ਤੇਜ਼ ਆ ਲੈ ਮੈਨੂੰ ਸਾਰਾ ਪਤਾ ਹੁੰਦਾ ਓ ਰਾਜਾ ਤੂੰ ਹੋਣ ਵਾਲਾ ਤੀਗਾ ਮੇਰੇ ਪੁੱਤ ਢਿੱਡ ਚ ਤੀਗਾ ਮੈਂ ਬਦਾਮ ਖਾਇਆ ਕਰਦੀ ਦਿਮਾਗ ਤਾਂ ਤੇਰਾ ਬਤੇਰਾ ਤੇਜ਼ ਆ ਮੰਮੀ ਓ ਰਾ ਮੰਮੀ ਮੈਨੂੰ ਉਹ ਕਹਿੰਦਾ ਦੇਖੀ ਕਹਿੰਦਾ ਵੀ ਉਹ ਸਾਡੀ ਕਲਾਸ ਦਾ ਮੁੰਡਾ ਇੱਕ ਹਾਂ ਮੈਂ ਉਹ ਕਹਿੰਦਾ ਵੀ ਤੈਨੂੰ ਕਹਿੰਦਾ ਐ ਪਤਾ ਕਹਿੰਦਾ ਤੂੰ ਕਿਵੇਂ ਜੰਮਿਆ ਤੀ ਕਹਿੰਦਾ ਲੈ ਰੁੱਟ ਜਾਣਿਆ ਕਿਵੇਂ ਜੰਮਿਆ ਕਰਦੇ ਨੇ ਵੱਡੇ ਪ੍ਰੈਸ਼ਰ ਨਾਲ ਹੋਇਆ ਤੀਗਾ ਲੈ ਉਹ ਤਾਂ ਕਹਿੰਦਾ ਮੇਰੀ ਮੰਮੀ ਕਹਿੰਦੀ ਤੂੰ ਪੰਤਾਲੇ ਚ ਡਿੱਗਿਆ ਸੀ ਕਹਿੰਦਾ ਰੱਬ ਨੂੰ ਸੀ ਮੰਗ ਲਿਆ ਕਹਿੰਦਾ ਰੱਬ ਤੋਂ ਕਹਿੰਦਾ ਅੱਛਾ ਹਾਂ ਪੁੱਤ ਉਹ ਹੀ ਡਿੱਗਿਆ ਹੋਣਾ ਮੈਂ ਵੀ ਉੱਥੋਂ ਡਿੱਗਿਆ ਸੀ ਹਾਂ ਤੂੰ ਵੀ ਡਿੱਗਿਆ ਤੇ ਪੁੱਤ ਹੋਰ ਮੰਮੀ ਦੇਖੀ ਉਹ ਪਾਪਾ ਨਾ ਰੱਬੋ ਕੋਲੇ ਗਿਆ ਹੋਊਗਾ ਬੇ ਕਾਹਨੂੰ ਜਾਂਦਾਗਾ ਉਹੀ ਨਾ ਸਾਰਾ ਦਿਨ ਪੁੱਠੀਆਂ ਕਿਤੇ ਤੰਗ ਰਿਆ ਕਰ ਤੂੰ ਬੋਲੀਆਂ ਮੈਨੂੰ ਬੋਲਾ ਕਹਿੰਦੀ ਤੂੰ ਤਾਂ ਬੋਲੀਆਂ ਮੰਮੀ ਉਹਦੇ ਪਿੱਛੇ ਲੱਗ ਰਹੀਆਂ ਹਾਂ ਉਹ ਗਿਆ ਉੱਥੇ ਹੋਊਗਾ ਉਹ ਲੱਭੋ ਕੱਢਦੀ ਚੁੱਕ ਪਿੰਡ ਚ ਤੂੰ ਐ ਕਰ ਜਾ ਪਾ ਜਾ ਉਹਦੇ ਮੰਗ ਰੇ ਜਾ ਫਿਰ ਮੈਨੂੰ 10 ਰੁਪਏ ਦੇਵੇਂਗੀ 10 ਦੇਉਂਗੀ ਤੈਨੂੰ 20 ਦਾ ਲੋਟ ਆ ਮੇਰੇ ਕੋਲ 20 ਦਾ ਲੋਟ ਮੈਂ ਤੈਨੂੰ ਬੁਲਾ ਕੇ ਲੈ ਕੇ ਜਾਊਂਗਾ ਮੈਨੂੰ ਬੁਲਾ ਕੇ ਲੈ ਜਾ ਦੇਖ ਕੇ ਆਉਂ ਜਾ ਭੱਜ ਕੇ ਜਾ ਜਾ ਛੇਤੀ ਆ ਜੀ ਬਸ ਦੇ ਮੰਮੀ ਤੇਰੇ ਪੁੱਤ ਨੂੰ ਹਾਂ ਹਾਂ ਪੁੱਤ ਜਾ ਕੇ ਰ ਉੱਡ ਕੇ ਜਾ ਕੇ ਰ ਉਹ ਮੈਂ ਮਰ ਜਾ ਕਿਤੇ ਸੱਚੀ ਨਾ ਕੋਈ ਚੰਦ ਚੜਾ ਦੇ ਪਲੇਕ ਦੇ ਜਾਣਾ ਏ ਲਾਬੋ ਇਹ ਭਲਾ ਕਰਦੇ ਕਰਦੇ ਬੁਰਾ ਹੋ ਗਿਆ ਮੈਥੋਂ ਤਾਂ ਇਹ ਕੋੜਨੇ ਪੰਡ ਤਾਂ ਹੌਲੀ ਪਾ ਲਿਆ ਕਰ ਚਾਚਾ ਮੈਂ ਤੈਨੂੰ ਕਿਹਾ ਤਾਂ ਹੈਗਾ ਤੀ ਵੀ ਭਾਈ ਇੱਕ ਭਾਈ ਨੂੰ ਹੋਰ ਬੁਲਾ ਲਾ ਦੋ ਜਣੇ ਪੰਡ ਚਕਾ ਦੇ ਤੂੰ ਕਿਹੜਾ ਮੰਨਿਆ ਤੂੰ ਕਹਿੰਦਾ ਨਹੀਂ ਭਾਈ ਮੈਂ ਇਕੱਲਾ ਹੀ ਚਕਾ ਦੂੰ ਏ ਮੈਂ ਤਾਂ ਪੁੰਨ ਕਰਕੇ ਮਹਲਾ ਚਕਾ ਦੂੰਗਾ ਮੈਨੂੰ ਕੀ ਪਤਾ ਦੀ ਵੀ ਤੇਰੀ ਮਰੀਜ਼ ਬਣ ਕੇ ਆ ਜਾਊਂਗਾ ਮੈਂ ਉਰੇ ਚੱਲ ਚੰਗਾ ਚਾਚਾ ਚੁੱਪ ਕਰ ਲੈ ਚੁੱਕ ਕੱਢਾਂ ਪਹਿਲਾਂ ਕੱਢ ਦੇ ਆਏ ਓਹੋ ਚਾਚਾ ਜਵਾਖਾ ਮੰਗੂ ਰੌਲਾ ਪਾਉਣਾਗਾ ਤੂੰ ਪਾਣ ਨਾ ਦਹੜਾ ਓਏ ਬਾਪੂ ਕਿਵੇਂ ਲੱਗ ਰਿਹਾ ਕੱਲਾ ਮਾਰਨੇ ਦੇ ਨਾਲ ਕੀ ਕਿ ਤੱਤਾਂ ਕਰਨ ਲੱਗ ਰਿਹਾ ਦੇਖ ਲੈ ਆਏ ਦੁੱਖ ਲੱਗਿਆ ਬਹੁਤ ਇੱਕਦਮ ਏ ਚੱਲ ਕੋਈ ਨਾ ਅੱਛਾ ਮੇਰੀ ਗੱਲ ਸੁਣ ਉਹ ਤਾਂ 100% ਠੀਕ ਹੈ ਮਰੇ ਹਲਦੀ ਤਾਂ ਹੀ ਜਾਂਦੀ ਆ ਕੱਦੂ ਜਿਹੜੇ ਮਾਰਦੇ ਕਰੇ ਨਾ ਇੱਕ ਵਾਰ ਹੋਰ ਕੜਾ ਮੰਮੀ ਨੂੰ ਬੁਲਾ ਕੇ ਲਿਆਉਣਾ ਤੇ ਅੱਜ ਤਾਂ ਛਿੱਤੜਾਉਂਦਾ ਇਹਦਾ ਖੱਡਾ ਐ ਦੱਸ ਮੈਨੂੰ ਕੋਈ ਕੜਾਹੀ ਕੜੂਹੀ ਤਾਂ ਨਹੀਂ ਲੱਗਦੀ ਹੁੰਦੀ ਇਹਦੀ ਓਹੋ ਚਾਚਾ ਤੂੰ ਸਿਆਣਾ ਬਿਆਣਾ ਹੋਇਆ ਪਿਆ ਹੈ ਭਲਾ ਮੈਨੂੰ ਐ ਦੱਸ ਚੁੱਕ ਦੀ ਕੜਾਹੀ ਲੱਗਦੀ ਆ ਆ ਰੋਟੀ ਪਾ ਦੇ ਕੁੱਤੇ ਨੂੰ ਬਸ ਗੁੜ ਧਰ ਕੇ ਹੈ ਪੋਰਾ ਕੋਈ ਨਾ ਲੈ ਚੰਗਾ ਮੈਂ ਤਾਂ ਜਾਣਾ ਸ਼ੇਰਾ ਹੁਣ ਲੈ ਚਾਚਾ ਚਾਹ ਨੂੰ ਕਿਹੜਾ ਟਾਈਮ ਲੱਗਣਾ 2 ਮਿੰਟ ਲੱਗਣਗੇ ਮੈਂ ਚਾਹ ਬਸ ਭਾਈ ਬਸ ਆਹੀ ਚਾਹ ਬਹੁਤਾ ਫਰਕ ਜਿਆਦਾ ਲੱਗਦਾ ਕੁਛ ਤੇਰੀ ਮਰਜ਼ੀ ਆ ਲੈ ਦੇਖ ਲੈ ਕਹਿੰਦਾ ਐਡੀ ਭਾਰੀ ਪੰਡ ਪਰਖਿਆ ਭਲਾ ਮੇਰੇ ਚ ਜਾਣ ਨੀ ਜਿਹੜੀ ਐਡੀ ਕੋ ਤੋਂ ਚੱਕ ਕੇ ਲਈਆਂ ਪੰਡ ਨੀ ਇਹਦੀ ਤਾਂ ਕਾਲੇ ਮੂੰਹ ਵਾਲੇ ਦੀ ਨਜ਼ਰ ਵੀ ਲੱਗਦੀ ਆ ਕਿਤੋਂ ਵੀ ਨਾ ਮੈਨੂੰ ਮੰਜੇ ਤੇ ਉੱਠਿਆ ਦੇ ਚੱਲ ਹੁਣ ਇਹਦੇ ਬਾਰੇ ਸੋਚੀ ਜਾਏਗੀ ਕੰਮ ਧੰਦਾ ਕਰਾਂ ਜਾ ਕੇ ਕਿੱਥੇ ਆਇਆ ਐਡੀ ਦੂਰ ਲੈ ਰੁੜ ਜਾਣਾ ਹਜੇ ਤੱਕ ਰੋ ਵੀ ਨਹੀਂ ਆਇਆ ਹੈਗਾ ਬੋਲਾ ਜਿਹਾ ਮੁੰਡਾ ਮੇਰਾ ਤਾਂ ਆ ਜਮੀ ਹੌਲਾ ਪਿਆ ਪੈ ਗਿਆ ਤੇ ਕੋਈ ਕਾਪੀ ਕਿਤਾਬ ਹੈਗੀ ਆ ਕਿ ਨਾ ਦੇਖਦੇ ਆਪਾਂ ਚੈੱਕ ਕਰਦੇ ਹਾਂ ਮੂੰਹਾਂ ਮਰਦਾ ਇੱਕ ਵੀ ਨਹੀਂ ਕਾਪੀ ਇਹਦੇ ਚ ਮੰਮੀ ਏ ਮੰਮੀ ਏ ਬੇ ਕੀ ਹੋ ਗਿਆ ਉੱਥੇ ਲਾਬੋ ਕੋਲੇ ਦੇਖੇ ਤੂੰ ਜੱਤ ਮਰਾਉਣ ਲੱਗ ਰਿਹਾਗਾ ਤੂੰ ਚੱਥ ਫਰਾਉਣ ਲੱਗ ਰਿਹਾ ਉਹਦੇ ਕੋਲੋਂ ਉਹ ਮਰਨ ਦਾ ਪੁੱਤੂ ਦਾ ਪੈ ਜੇ ਤੈਨੂੰ ਪਹਿਲਾਂ ਦੀ ਗੱਲ ਮੈਂ ਘਰ ਬੱਟੂ ਦਾ ਆਪਣਾ ਕੱਦੂ ਦੇ ਜਾਨੀ ਤੂੰ ਉਹਨੂੰ ਤੋੜ ਤੋੜ ਕੇ ਤੇ ਮੈਨੂੰ ਕੀ ਪਤਾ ਤੀ ਜਿਹੜਾ ਡਰਤੀ ਉਹੀ ਮੂਰੇ ਆ ਗਿਆ ਪਰ ਤੂੰ ਲੈ ਹੁਣ ਕੀ ਕਰਦੀਆਂ ਤੂੰ ਐ ਕਰ ਖਾ ਭੱਜ ਲੈ ਮੈਂ ਮੈਨੂੰ ਕੋਟੀਆਂ ਭੱਜਾਂ ਨਹੀਂ ਜਾਣਾ ਬਾਹ ਫੜ ਲਾ ਉੱਡ ਲਾ ਆ ਜਾ ਮੰਮੀ ਚੱਲ ਭੱਜ ਲੈ ਕੇ ਮੰਮੀ ਤੂੰ ਐ ਕਰ ਤੂੰ ਉਰੇ ਖੜ ਜਾ ਤੂੰ ਮੈਂ ਦਿਖਾਉਣਾ ਝੱਟ ਮੈਂ ਖੜਕਾਉਣਾ ਗੇਟ ਅੰਦਰ ਹਾਂ ਚੰਗਾ ਠੀਕ ਆ ਚੱਲ ਮੈਂ ਉਰੇ ਖੜਦੀ ਆ ਚਾਚੀ ਐ ਚਾਚੀ ਚਾਚੀ ਮੇਰਾ ਚਾਚਾ ਭਲਾ ਉਰੇ ਕੀ ਕਰਨਾ ਹੋਊਗਾ ਹੈ
ਗੋਲੀ ਬਣਦੀ ਮੰਮੀ ਉੱਥੇ ਬੈ ਕੇ ਲੁੱਕ ਕੇ ਦੇਖ ਕੇ ਗਿਆ ਮੈਂ ਉਹਦੇ ਵਿੱਚ ਦੀ ਨਹੀਂ ਮੇਰਾ ਮੁੰਡਾ ਦੇਖ ਕੇ ਗਿਆ ਪੀੜੀ ਦਾ ਬਗਾਰ ਖਾਦੀ ਉਹਦੇ ਕੋਈ ਦੱਤ ਲੱਗ ਰਹੀ ਸੀ ਫੇਰ ਨਾ ਕੀ ਕਰਦੀ ਸੀ ਕਿ ਤੂੰ ਨਹੀਂ ਜਾਨ ਹੋਇਦਾ ਤਾਂ ਕਾਮਲਾ ਚਾਚੀ ਇਹਦੇ ਪਿੱਛੇ ਲੱਗ ਕੇ ਦੇਖ ਲੈ ਮੰਮੀ ਬੋਲਾ ਕਰਨ ਲੱਗ ਰਹੀ ਮੈਨੂੰ ਨਹੀਂ ਤੂੰ ਬਾਲਾ ਨਾ ਕੇ ਖੱਕਾ ਪਾੜ ਦੂੰਗੀ ਦੇਖ ਲੈ ਮੇਰੀ ਸੁੱਕਣ ਕਿ ਮੈਂ ਬੋਲਦੀ ਆ ਚਬਰ ਚਬਰਾ ਨਹੀਂ ਚਾਚੀ ਮੇਰੀ ਗੱਲ ਸੁਣੋ ਉਹੀ ਨਾ ਤਹਾ ਤਹਾ ਚੜੀ ਚੱਲ ਜਾ ਘਰ ਦੀ ਤਲਾਸੀ ਲੈ ਲੈ ਜੇ ਨਹੀਂ ਯਕੀਨ ਹੈਗਾ ਨਹੀਂ ਅੰਦਰ ਹੋਣਾ ਬਾਹਰੇ ਕਰ ਦੋ ਤੇ ਪਤੰਦਰ ਨੂੰ ਦੇਖ ਲੈ ਜਾ ਭਾਗ ਜਾ ਮੈਂ ਉਹ ਤਾਂ ਧਾਰਾ ਚ ਬਣੀ ਐ ਅੰਦਰ ਬੈਠ ਕੇ ਓਏ ਕਮਾਰਾ ਮੰਮੀ ਮੂੰਹ ਭੰਨ ਦੇ ਪਾਥੀ ਵਰਗੇ ਮੂੰਹ ਵਾਲੀ ਮੇਰੀ ਗੱਲ ਸੁਣ ਲੈ ਸੋਚ ਸਮਝ ਕੇ ਗੱਲ ਕਰ ਮੇਰੇ ਮੁੰਡੇ ਦਾ ਮਾਰੀ ਮੂਰੀ ਨਾ ਦੇਖ ਲੈ ਫੜ ਕੇ ਹੋ ਦੇਖ ਲੂੰਗੀ ਰੱਸੀ ਪਾਲਾ ਕਿਸੇ ਹੋਰ ਨਾਲ ਅੱਡਾ ਲਵਾਉਗਾ ਤੇਰਾ ਅੱਛਾ ਰੱਸੀ ਪਾਲਾ ਨਹੀਂ ਤੂੰ ਆਦੀ ਜਮਾਨ ਤੇ ਰੱਸੀ ਪਾ ਜਿਹੜਾ ਕੋਈ ਆਉਂਦਾ ਅੰਦਰ 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 ਕੀ ਗੱਲ ਹੈ ਮੇਰੇ ਪੋਤੀਆਂ ਰੰਨੇ ਖੜ ਦੇਖ ਲੈ ਮੰਮੀ ਆ ਜਾ ਤੂੰ ਨਿਕਲ ਬਾਹਰ ਤੇਰਾ ਸਿਰਾ ਪਾੜਾ ਤੇਰਾ ਹਰਾਮ ਮਾਰ ਇੱਕ ਮਾਰ ਇੱਕ ਮੇਰੀ ਗੱਲ ਸੁਣ ਸਬੂਤ ਦਿਖਾ ਦੇ ਜੇ ਬੰਦਾ ਮੇਰੇ ਅੰਦਰੋਂ ਨਿਕਲਿਆ ਹੈ ਦੋਨਾਂ ਨੂੰ ਥਾਣੇ ਚ ਮਾਰ ਦੂ ਕੰਜਰੇ ਨੂੰ ਆ ਤੇਰੇ ਪਤੰਦਰ ਨੂੰ ਪੁੱਛੇ ਦੇਖ ਕੇ ਗਿਆ ਆਪਣੀਆਂ ਅੱਖਾਂ ਨਾਲ ਖਬਰਾਂ ਕਿਹਦੇ ਕਿਹਦੇ ਬੰਦੇ ਦੇਖ ਕੇ ਆਉਂਦਾ ਨਹੀਂ ਇਹਦਾ ਕੀ ਯਕੀਨ ਕਰਦੀ ਆ ਤੂੰ ਆ ਦੇਖ ਆਪੇ ਬੋਲ ਦੇ ਕਹਿੰਦੀ ਕਿਹਦੇ ਕਿਹਦੇ ਬੰਦੇ ਦੇਖਦਾ ਹੈ ਨਹੀਂ ਇਹ ਆਉਂਦੇ ਨੇ ਪਤੰਦਰ ਨਹੀਂ ਇਹ ਦੇਖ ਕੇ ਆਉਂਦਾ ਖਬਰਾਂ ਕਿਹਦਾ ਨਹੀਂ ਆ ਪਰਸੋਂ ਗਹਾਰੇ ਚ ਲੜੀ ਜਾਂਦਾ ਤੇ ਕਿਸਰਾ ਨਹੀਂ ਕਿਸੇ ਦਾ ਉਹ ਸਰ ਪੜਵਾ ਦੂਗਾ ਤੇਰੇ ਕੰਜਰੀ ਮੇਰੀ ਗੱਲ ਸੁਣ ਲੈ ਚਾਚੀ ਭਾਗ ਜਾ ਇਥੋਂ ਜਰੂਰ ਚਲੇ ਮੰਮੀ ਦਬ ਗਈ ਤੂੰ ਦਬ ਗਈ ਮੈਂ ਕੀ ਕਰਦੀ ਹੈਗੀ ਮੇਰੀ ਗੱਲ ਸੁਣ ਲੈ ਫੜ ਵੀ ਲਾਉਂਗੀ ਮੈਂ ਤਾਂ ਮੈਂ ਕਹਿੰਦੀ ਆ ਚਲ ਕੌਣ ਕੌਣ ਹਰਾਮਣ ਨਾ ਹੋ ਕਾਨੂੰ ਗੇਟ ਲਾਉਣੀ ਆ ਹਾਂ ਨਿਕਲ ਬਾਹਰ ਤੈਨੂੰ ਪੁੱਛਾਂ ਮੇਰੀ ਸੁੱਕਣ ਬਾਹਰ ਲਾ ਲਿਆ ਡਰਦੀ ਇਹਨਾਂ ਨਾ ਮੇਰੇ ਪਿਓ ਦੇ ਸਾਲਿਆ ਨਾ ਕਿੱਥੇ ਤੇਰਾ ਹੈ ਤੇਰਾ ਬਾਪ ਅੰਦਰ ਤੂੰ ਮੇਰੀ ਲੜਾਈ ਕਰਾਉਣਾਗਾ ਹਜੇ ਨਹੀਂ ਹਜੇ ਕਹਿੰਦਾ ਮੈਂ ਉੱਥੇ ਦੁੱਖ ਕੇ ਨਹੀਂ ਕਹਿੰਦਾ ਹਜੇ ਕਹਿੰਦਾ ਦਬ ਗਈ ਮੈਂ ਉੱਥੇ ਦੇਖ ਕੇ ਗਿਆ ਤੂੰ ਦੇਖਦਾ ਜਾਣਾ ਹਜੇ ਕਹਿੰਦਾ ਦਬ ਗਈ ਨਾ ਤੂੰ ਮੇਰੇ ਬੰਦੇ ਨੂੰ ਆਏ ਮੰਮੀ ਮਾਰਨੇਗਾ ਆਏ ਮੰਮੀ ਮਾਰਤਾ ਜਾਣੇ ਆਏ ਛੱਡ ਦੇ ਨਾ ਇਹ ਗੱਲ ਸੁਣ ਤੇ ਤੇਰੀ ਗੱਲ ਸੁਣ ਆ ਚੁਗਲੀਆਂ ਲਾਉਣਾ ਤੈਨੂੰ ਸ਼ਰਮ ਨਹੀਂ ਆਉਂਦੀ ਪਲੇਗ ਨਿਕਲ ਯਾਰ ਕਣਾ ਓਏ ਤੂੰ ਸਕੂਲ ਨਹੀਂ ਜਾਂਦਾ ਹੈਗਾ ਹੈ ਕੀ ਕਰਨ ਲੱਗ ਰਹੀਆਂ ਕਿਉਂ ਲੱਗ ਰਹੀਆਂ ਗਲੀ ਚ ਕੁੱਟਣੇ ਨੂੰ ਬੇ ਸਕੂਲ ਨਹੀਂ ਜਾਂਦਾ ਹੈਗਾ ਰੋਜ਼ ਗੋਲੀਆਂ ਖੜੀਆਂ ਦਾ ਆ ਹੁਣ ਇਹਨਾਂ ਦੇ ਬਾਰ ਚ ਲੱਗ ਰਿਹਾ ਤੇ ਕੋਟ ਹੋਰ ਦੇਖਣ ਇਧਰ ਚਰਨੋ ਕਣੀ ਕਹਿੰਦਾ ਮੈਂ ਕਹਿ ਕੇ ਹੁੰਦਾਗਾ ਵੀ ਮੇਰੀ ਮਾਂ ਨੂੰ ਦੱਸੀ ਨਾ ਮੈਂ ਸਕੂਲ ਗਿਆ ਨਹੀਂ ਹੈਗਾ ਤੂੰ ਐ ਦੱਸ ਮੈਨੂੰ ਉਹ ਤਾਂ ਚਮੜਾ ਲਾ ਨਹੀਂ ਕਹਿੰਦੇ ਨੇ ਕੋਈ ਨਾ ਮੇਰਾ ਪੁੱਤ ਕੱਲ ਨੂੰ ਬਗ ਜਾ ਕੱਲ ਨੂੰ ਹੁਣ ਲੱਗੂਆ ਆਈ ਜੀ ਇਹ ਬੇ ਕੋਈ ਨਾ ਬੇ ਚੰਗਾ ਜਾ ਬਗ ਜਾ ਤੂੰ ਅਸੀਂ ਆਉਨੇ ਆ ਮਾਂ ਪੁੱਤ ਜਾ ਚੰਗਾ ਭੇਜ ਦੇ ਆਹੋ ਸੌ ਸਲਾਹ ਹੁੰਦੀ ਆ ਸਾਡੀ ਫਰਲੀ ਤਨਖਾਹ ਇਹਦੀ ਜੀ ਲੈ ਕੇ ਆਊਗਾ ਬੇ ਤੇਰੀ ਬੇੜੀ ਬੈ ਜੇ ਬੇ ਮੈਂ ਕਿੱਥੇ ਤੱਕ ਪੜਦੇ ਰੱਖੂਗੀ ਰੁੜ ਜਾਣਿਆ ਸੱਚੀ ਕਹਿਣਾ ਮੰਮੀ ਸੌਣ ਲੱਗੇ ਮੈਂ ਦੇਖ ਕੇ ਜਾਦੀ ਉਹਨੂੰ ਬੇ ਕਿੱਥੇ ਤੇਰਾ ਬਾਪ ਤਾਂ ਇਧਰੋਂ ਨਿਕਲਿਆ ਹੈਗਾ ਰੁੜ ਜਾਣਿਆ ਮੈਨੂੰ ਕੀ ਪਤਾ ਜਾਣ ਕੇ ਘਟਾਇਆ ਉਹਨੇ ਮੈਨੂੰ ਸਕੀਮ ਲਾ ਜਾਂਦਾ ਅਗਲੀ ਵਾਰੀ ਕੋਈ ਉਹ ਨਾ ਅੱਛਾ ਸਕੀਮ ਲਾਉਣਾ ਤੇਰੇ ਨਾਲ ਸਕੀਮਾਂ ਲਾਉਂਦਾ ਉਹ ਹੈ ਸੌਣ ਲੱਗਿਆ ਚੁੱਪੇ ਝੂਠ ਨਹੀਂ ਬੋਲਦਾ ਮੈਂ ਇੱਕ ਰੁੜ ਜਾਣਾ ਕਹੂਗਾ ਚੁੱਪੇ ਨਹੀਂ ਸੌਣ ਨਾਲੇ ਹੋਰ ਹੈ ਪਲੇਗ ਦੇ ਜਾਣੇ ਦਾ ਘਰੋਂ ਕੱਢਣੀ ਕਰਕੇ ਚੱਲ ਮੈਂ ਬੋਲ ਰਿਹਾ ਨਾ ਬੋਲ ਅੱਜ ਨਹੀਂ ਕਿਸੇ ਨੂੰ ਵੀ ਪਤਾ ਲੱਗਦਾ ਗਿਆ ਅੱਜ ਦਾ ਜੱਟ ਬਾੜਿਆਂ 'ਚ ਬੈਠੂਗਾ ਮਰਾ ਸੜਾ ਕਰਮਾ ਆ ਮੈਂ ਤੇਰੇ ਭਾਪੇ ਨੂੰ ਦੱਸੂਗਾ ਸੜੇ ਇਹਦੇ ਪਾਗਲ 'ਚ ਵਗ ਗਿਆ ਮੈਂ ਉਦੋਂ ਹੀ ਆਹ ਤਾਂ ਰੱਬ ਨੂੰ ਵੀ ਨਹੀਂ ਪਤਾ ਲੱਗਦਾ ਗਾ ਜੱਟ ਲੁੱਕ ਕਿੱਥੇ ਗਿਆ ਵੀ ਤਾਂ ਬਾਪੂ ਆ ਨਾ ਮੇਰੀ ਲਵਾ ਦੀਆਂ ਨਾਲੇ ਮੁੱਲ ਤੋਂ ਲੱਭੋ ਤੋਂ ਮਸਲਾਈ ਗਿਆ ਢੂਈਆਂ ਨਾਲੇ ਮੇਰੇ ਚੱਤੜ ਕਟਾ ਦੇ ਮੰਮੀ ਤੋਂ ਇੱਕਦਮ ਮਰਾ ਸੜਾ ਚੁੱਪੇ ਜਾ ਨਾ ਮੂੰਹ ਖਰਾਬ ਹੋ ਰਿਹਾ ਮੇਰਾ ਤਾਂ ਬਿਸਕੁਟ ਲੈ ਕੇ ਆ ਜੀ ਦੁਕਾਨ ਤੋਂ ਬਿਸਕੁਟ ਖਾਊਂ ਉਰੇ ਬਹਿ ਕੇ ਨਾਲੇ ਯਾਰ ਹੋਰੀ ਸੌਣਗੇ ਮੌਜ ਨਾਲ ਨਾਲੇ ਮੰਮੀ ਨੂੰ ਤਾਂ ਐਂ ਹੋ ਗਿਆ ਵੀ ਸਕੂਲ ਵੱਗ ਗਿਆ ਆਹ ਕਰੀਮ ਵਾਲੇ ਬਿਸਕੁਟ ਖਾਊਗਾ ਜੱਟ ਟੈ ਟੈ ਆ ਇੱਥੇ ਰੱਖ ਐਤਕੀ ਤਾਂ ਅੱਛਾ ਨਜ਼ਾਰਾ ਆ ਗਿਆ ਕਣਕ ਬੀਜਣ ਦਾ ਹਾਂ ਨਿਕਲੀ ਤਾਂ ਦੋ ਕੁ ਦਿਨ ਲੇਟ ਹੀ ਆ ਜੰਮਣ 'ਚ ਲੇਟ ਹੋ ਗਈ ਨਾ ਦੋ ਕੁ ਦਿਨ ਹਾਂ ਚੱਲ ਉਹ ਨਾਲੇ ਤੇਰੇ ਵਾਲਾ ਕੁੰਡਾ ਹਾਂ ਸਾਡੇ ਬਾਗਲ 'ਚ ਕੱਲ੍ਹ ਸੁੱਤਾ ਪਿਆ ਸੀ ਸੋਡੇ ਬਾਗਲ 'ਚ ਹਾਂ ਮੇਰੇ ਇੱਟ ਮਾਰਦਾ ਸੀ ਮੈਨੂੰ ਉਹਦਾ ਬਾਪੂ ਕਹੇ ਉਹਦਾ ਬਾਪੂ ਕਹਿ ਕੇ ਪਿੰਡ ਛੜਾਇਆ ਤੋਂ ਬੜਾ ਪਤੰਦਰ ਬਣਿਆ ਵੀ ਆ ਜਵਾਕ ਜੀ ਨੇ ਤਾਂ ਨਾ ਕੁੰਡੇ ਨੇ ਲਹੂ ਮਚਾ ਰੱਖਿਆ ਬਹੁਤ ਦੁੱਖ ਦੇ ਰੱਖਿਆ ਮੇਰਾ ਸੋਡੇ ਨਾਲ ਬਾੜਾ ਉਹਦੇ ਪਿੱਛੇ ਬੈਠਿਆ ਲੁਕਿਆ ਕੁੱਪ ਦੀ ਗਹਾਰਾਂ ਦੇ ਪਿੱਛੇ ਹਾਂ ਗਹਾਰਾਂ ਪਿੱਛੇ ਠੀਕ ਆ ਚੱਲ ਕੋਈ ਨਾ ਮੈਂ ਕਰਦਾ ਗੌਰ ਉਹਦੇ ਜਾ ਕੇ ਹੁਣ ਠੀਕ ਆ ਹਾਂ ਕਿੰਨੇ ਸਵਾਦ ਨੇ ਓਏ ਇਹਦਾ ਉਹਦੇ ਨਾਲ ਉਹਦੀ ਸਵਾਦ ਨੇ ਯਾਰ ਆਹੀ ਲਊਂਗਾ ਮੰਮੀ ਨੂੰ 10 ਰੁਪਏ ਦੇ ਮੈਨੂੰ ਕੀ ਲੱਗ ਰਹੀ ਆ ਕਰਨ ਇਹ ਤਾਂ ਉਹ ਲੱਗ ਰਹੀ ਆ ਝਾੜੂ ਮਾਰਨਾ ਇਹ ਰਾਜਕੁਰੇ ਨਾ ਤੂੰ ਮੈਨੂੰ ਐਂ ਦੱਸ ਤੜਕੀ ਕਿੱਥੇ ਗਿਆ ਤੀਗਾ ਇਹ ਖੇਤ ਗਿਆ ਤੀ ਮੰਗਲ ਮਿਲਿਆ ਤੀ ਕਹਿੰਦਾ ਲਾਈਟ ਆ ਰਹੀ ਆ ਜਦੋਂ ਖੇਤ ਗਿਆ ਮੈਂ ਲਿਆ ਸਰਵਰ ਬਰਸੀਨ ਜੀ ਰਮਾ ਦੂੰਗਾ ਸਾਲੀ ਲਾਈਟੇ ਭੱਜ ਗਈ ਦੇਖ ਲਾ ਹੋਰ ਆ ਮਾਰਤਾ ਝਾੜੂ ਜਾ ਝਾੜੂ ਤਾਂ ਮਾਰਤਾ ਪਹਿਲਾਂ ਮੁੰਡੇ ਨੂੰ ਰੋਟੀ ਪਕਾ ਕੇ ਦਿੱਤੀ ਆ ਅੱਜ ਕਹਿੰਦਾ ਮੈਨੂੰ ਪਰੌਂਠੇ ਪਕਾ ਕੇ ਦੇ ਹਰ ਉਹ ਹੈ ਕਿੱਥੇ ਆ ਸਕੂਲ ਵਗ ਗਿਆ ਅੱਛਾ ਜੀ
चल ठीक है चंगा कर मैं पाथिया चक लिया तू माड़ा जहा निगाह रखी चंगा बार दी लै आ चोर पेंदे ने कोई गहना गप्पा रख रखे आपां ने अपने की आ मैं तां ऐ गल करदा वी मैं चका लैना पाथिया नाल जाके तेरे मगर तू भी मेरा गा महीना भी मेरी है पठल चंगा ठीक है ला जा चंगा हाँ ले चल ले आ जा ले चलिए पर चार पाथियां बे चल दस ओही पाथियां जाल लेने मैं भी होरी पुंगे करती रहनी है पाथियां बिना किथे सरदा साग दा कम तो बकरे वर्गा हुंदा साग कड़ा ही रिजी जांदा ओहो ए राज चार पाथियां चल चंगा टक्करा मारी जाएगी साग रिजन च नहीं आना है चल ठीक है चंगा मैं मर जा बे तेरा बेड़ा बहजे तेरा मुझे च जाने ना मेनू आए दस तू तो कहना मैं स्कूल जाना गा बे उम्मी मैं तो देखना आया थी भी कोई पाथियां चक ले अपनिया बे कद तू तेरे प्यो दी राखी बह जाना गा कद तू पाथा ए उरे बैठा ही बे वाला तेरा मेनू कहना मैं स्कूल जाना गा है ना 10 रुपए ले गया ना परौंठे बना ले आ लग रहा पढ़ाई करना अंग्रेजी दी बे रुके स्कूल भाग गया है स्कूल मैं गया थी हाँ। जिंदा लग रहा थी वहां फिर जाऊंगा मैं वाड़िया जा गया उदो मार मम्मी फुंसी हो रही है चिट्टे मूंह वाली किधर इधरले पासे हो रही है ए पिछे ना लग आए बापू कटा स्कूल जान तो बैठा लुक है उरे मैं नहीं आंदा गया बुरा लत फड़ दे आ बस साडे दी तेन पिछे लगन लग रहा पुत मरवाएंगे अब तेन तू पुत प्रेमी मारदा चलाकियां करदा गल्लां अग च होया लगदा गा मैं तेन जल पता थी भी अर्क लग रहा है रुड़ जाने मेनु आए चाके मंजा मेरा अंदर कर देना बच्चा चट्टे वर्गा दी गदे वर्गा हो रहा देख ला इतने तो बेचारी नालो लाभो चंगी है देख ला नाले अनपढ़ा फिर भी पढ़े लिखे वर्गियां गल्ला कर दी है ठीक है पता है गल कोटना तेरा मर जाना लाभो चंगी है सारा दिन लाभो दे सपने पंजरा दे नु हजे भी ओदी है मेर लेंदी है मेरे साले नी चंगा मैं लेना साग आ ले जी पाथियां ना दसला बग जा रुड़ जाने मैं तो दोनों ने खाली पिया पुत्ता ने तुसी ने एक तो हूं बोला हो रहेगा प्लेग दे जाना एक लाभो दे सुपने रहा सारा दिन लाभो दे जमा दे सियाना मुंडा मेरे तो मुंडा बौला गा प्लेग दे जाना ले फटाफट पाथियां पाला अज तो मैं घरी लेट हो गई एक तो ना कख कंडा नहीं है सन्नी करने ते बलाई टाइम लग जाता आ देख ला जदों ना चाचे मगर के खेतों कख वड के लियांदी सी नजारा थी मिंटो मिंटी कम निबड़ जांदे हरा जा कुट के पा दी जिदन दी मेरी सौकण महस जी आके लड़के गई है ना सारा काम खराब करता नहीं मैं तो डरदी मारी मुड़के चाचे के खेत ही नहीं गई मैं कितने जाए बड़ी हुई ना आके लड़ पे नहीं चल आ धरदा पाथियां जी दाल नु कबेला हो जाता आए हाए
जय रोई दी। बे कुंडे तू बाड़े च की करदा फिरदा वे? सच्ची गल चाची मरने तेरी भाभी लगदी है। मैं बिंद के पिछो चाची कह देने मेनू मेरे बापू करके हो गया। गल सुन मेरी भाभी मेरा डैडी लत टुट रही है। लत टुट गई बेचारे जी तू ए करी मेरी मम्मी ने भेजा मेनू कहती जाके ना तेरी चाची नू क्या चंगा फिर भाभी नू क्या कहती ਵੀ ਤੇਰੇ ਬਾਪੂ ਦੀ ਲੱਤ ਟੁੱਟ ਗਈ ਦੋਨਾਂ ਜਾ ਕੇ ਨਾਲ ਤਾਂ ਸਾਡਾ ਹਰਾ ਵੱਢਿਆ ਈ ਨਾਲੇ ਆਪਦੀ ਭਰੀ ਵੱਢ ਲਿਆ ਉੱਥੋਂ। ਬੈ ਮੈਨੂੰ ਤੇਰੀਆਂ ਗੱਲਾਂ ਤੇ ਯਕੀਨ ਨਹੀਂ ਹੈਗਾ। ਮੈਨੂੰ ਲੱਗਦਾ ਪਹਿਲਾਂ ਤੇਰੀ ਮਾਂ ਨੂੰ ਪੁੱਛ ਕੇ ਆਵੇ ਤੇ ਕਿਹਾ ਵੀ ਹੈ ਜਾਂ ਨਹੀਂ। ਭਾਬੀ ਸੌਂ ਲੱਗਿਆ ਬਿਸਕੁਟਾਂ ਦੀ ਝੂਠ ਨਹੀਂ ਬੋਲਦਾ ਹੈਗਾ ਮੈਂ। ਤੂੰ ਜਾ ਆਈ ਖੇਤ ਹੁਣੀ ਵਗਦੀ ਮੈਨੂੰ ਕਹਿ ਕੇ ਆਦੀ ਬਾਪੂ ਦੀ ਲੱਤ ਟੁੱਟ ਰਹੀ ਹੈ ਮੈਂ ਜਾ ਕੇ ਨਾ ਉਹਦੀ ਮਾਲਸ ਕਰਦਾ ਹੁਣ ਡਾਕਟਰ ਨੇ ਕਿਹਾ ਦੀ ਮੈਨੂੰ। ਬੈ ਚੰਗਾ ਮੈਂ ਵਗਤਾ ਜਾਂਦੇ ਮੇਰੇ ਜੁੰਡੇ ਨਾ ਪਟਾ ਦੀ ਉੱਥੇ। ਨਾ ਝੂਠ ਥੋੜੀ ਬੋਲਦਾ ਮੈਂ ਤੂੰ ਜਾ ਆਈ ਉੱਥੇ ਚੰਗਾ ਮੈਂ ਜਾਣਾ। ਚੰਗਾ ਯਕੀਨ ਜਾ ਤਾਂ ਹੈ ਨੀ ਮੈਨੂੰ ਇਹਦੀਆਂ ਗੱਲਾਂ ਤੇ। ਚੱਲ ਜੇ ਕਹਿੰਦਾ ਕੀ ਪਤਾ ਜੇ ਬਾਪ ਦੀ ਲੱਤ ਸੱਚੀ ਟੁੱਟ ਗਈ ਹੋਵੇ। ਊਂ ਤਾਂ ਮੱਗਰ ਚਾਚਾ ਬੁਲਾਈ ਸਿਆਣਾ ਤੀ ਹਨਾ, ਆ ਤਾਂ ਮਾੜਾ ਹੀ ਹੋਇਆ ਲੱਤ ਟੁੱਟ ਗਈ। ਚੱਲ ਹੁਣ ਉਰੇ ਖੜੀ ਗੱਲਾਂ ਹੀ ਮਾਰੀ ਜਾਏਗੀ ਕਿ ਉਹਨਾਂ ਦਾ ਹਰਾ ਵੱਢ ਕੇ ਆਵੇਗੀ। ਚੱਲ ਲੈ ਮੇਰੇ ਤਾਂ ਹਰਾ ਵੱਢਿਆ ਗਿਆ, ਆ ਪੰਡ ਜੀ ਲੋਟ ਕਰਕੇ ਨਾ ਚਾਚੇ ਕਾ ਹਰਾ ਵੀ ਵੱਢ ਜਾ, ਹਨੇਰਾ ਹੋ ਜਾਂਦਾ ਪਰਾਂ ਘਰੇ ਜਾਊਂਗੀ। ਤੂੰ ਹਾਂ ਚਾ ਮੈਂ ਤਾਂ ਹਰਾ ਜਿਹਾ ਵੱਢਣ ਆਈ ਸੀ। ਇਹ ਕੋੜ ਨੇ ਕਰਤੀ ਨਾ ਉਹੀ ਗੱਲ, ਕਹਿੰਦਾ ਪਿੰਡ ਬੰਨਿਆ ਨੀ ਮੰਗਤੇ ਪਹਿਲੀ ਆ ਗਏ, ਕੋੜ ਨੇ ਹਜੇ ਇਸ ਦਾ ਵਾਡਾ ਵੀ ਨਹੀਂ ਲਾਇਆ ਤਾਂ ਇਹ ਪੰਡ ਬੰਨ ਲਈ। ਚਾਚੇ ਮੈਨੂੰ ਤਾਂ ਕੁੰਡਾ ਕਹਿ ਕੇ ਆਇਆ ਸੀ, ਕਹਿੰਦਾ ਸਾਡਾ ਹਰਾ ਵੱਢਿਆ ਹੀ ਭਾਬੀ ਆਪਦਾ ਵੱਢ ਲਿਆ ਹੀ ਕਹਿੰਦਾ। ਨੀ ਉਹਨੂੰ ਨਲੀ ਚੋਚ ਨੂੰ ਕੀ ਪਤਾ ਬੇਸੂਰੇ ਨੂੰ ਵੀ ਹਰਾ ਵੱਢਣਾ ਨਾ, ਇਹਦਾ ਰਮਾਇਆ ਹੋਇਆ ਸੀ ਹਜੇ ਛੋਟਾ ਛੋਟਾ ਰਹਿ ਗਿਆ, ਜੇ ਵਾਡਾ ਲਾਵਾਂਗੇ ਦੱਸ। ਚੱਲ ਕੋਈ ਨਾ ਚਾਚਾ ਹੁਣ ਤਾਂ ਮੈਂ ਵੱਢ ਲਿਆ, ਜੇ ਮੈਨੂੰ ਪਤਾ ਹੁੰਦਾ ਪਹਿਲਾਂ ਮੈਂ ਤੈਨੂੰ ਪੁੱਛ ਲਾਂਦੀ। ਤੁਸੀਂ ਐਂ ਕਰੋ ਮੈਂ ਤੁਹਾਡਾ ਹਰਾ ਵੱਢ ਜਾਣੇ ਮੈਨੂੰ ਹਨੇਰਾ ਹੋ ਜਾਂਦਾ। ਏ ਕੋੜ ਨੇ ਕਿਹੜਾ ਹਰਾ ਵੱਢੇਗੀ, ਤੈਨੂੰ ਪਤਾ ਹਾਲਾਤ ਘਰ ਦੇ ਕੀ ਹੋ ਰਹੇ ਨੇ। ਨੀ ਉਹ ਜਿਹੜਾ ਯੂਕਰੇਨ ਯੂਕਰੇਨ ਜਾ ਉਹਦੇ ਵਾਲਾ ਕੰਮ ਹੋ ਰਿਹਾ ਰੂਸ ਨਾਲ, ਆਪਣੇ ਤਾਂ ਘਰੇ ਤੇਰੇ ਵਾਲੀ ਚਾਚੀ ਦਾ ਪਹਿਲੀ ਮਾਨ ਨਹੀਂ ਹੈਗੀ। ਅੱਛਾ ਲੜਾਈ ਕਰਦੀ ਆ ਅੱਜ? ਨਾ ਫੁੱਲ ਬਖੇਰਦੀ ਆ, ਕਦੇ ਕਦੇ ਤਾਂ ਆਰਤੀ ਵੀ ਕਰਦੀ ਆ ਥਾਲ ਲੈ ਕੇ ਮੇਰੀ। ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ। ਚੱਲ ਜੇ ਨਹੀਂ ਹਰਾ ਵੜਾਉਣਾ ਚਾਚੇ ਫਿਰ ਮੈਨੂੰ ਪੰਡ ਚਕਾ ਦੇ, ਮੈਂ ਵਗ ਜਾਣੀ ਆ। ਲੈ ਚੱਲ ਕਿੱਥੇ ਕਮਲੇ ਦੀਆਂ ਗੱਲਾਂ ਚ ਆ ਗਈ ਕੋੜ। ਨਾਲੇ ਇੱਕ ਗੱਲ ਹੋਰ ਚਾਚੇ, ਕੁੰਡੂ ਤਾਂ ਐਂ ਕਹਿੰਦਾ ਸੀ ਵੀ ਤੁਹਾਡੀ ਲੱਤ ਟੁੱਟ ਰਹੀ ਆ। ਏ ਲਾਬੋ ਲੱਤ ਟੁੱਟੀ ਤਾਂ ਨਹੀਂ ਹੈਗੀ, ਹੁਣ ਟੁੱਟ ਜੂਗੀ ਉਹ ਆਂਦੀ ਆ। ਚੱਕ ਉਹ ਲੱਗ ਰਿਹਾ, ਉਹ ਲੱਗ ਜਾ ਕਰਾ ਲੈ ਕੇ ਨਾ ਰੁੜ ਜਾ ਨਾ ਤੇਰਾ ਬੇੜੇ ਵੇ ਤੇਰਾ ਬੇੜਾ ਤੇਰਾ ਦੇ ਮਾਰ ਮੰਮੀ ਉਹਦੇ। ਓਏ 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 ਬਾਪੂ ਓਏ ਚੱਲ ਆ ਗਿਆ ਬੋਲਾ ਮੈਂ ਫੜ ਲਾ ਮੈਂ ਫੜ ਲਾ ਫੜ ਲਾ ਫੜ ਲਾ ਫੜ ਲਾ ਫੜ ਲਾ ਫੜ ਲਾ ਫੜ ਲਈ ਫੜ ਦਿਆ ਚੁੱਪੇ ਨਾ ਮੇਰੇ ਪਿਓ ਦੇ ਰੰਨੇ ਤੂੰ ਕਾ ਕਹਿੰਦੀ ਨਾ ਮੇਰੀ ਗੱਲ ਸੁਣੀ ਤੂੰ ਕਹਿੰਦੀ ਤੀ ਨਾ ਚਾਚੀ ਨਾ ਆ ਤੇਰੇ ਖਸਮ ਕੋਲੋਂ ਪੰਡਲੇ ਜਿਸ ਦਾ ਵੱਡਾ ਵੀ ਲਾਇਆ ਜੇ ਮੈਂ ਕੁੱਟੇ ਦੀ ਉਹਦੇ ਇਹਨੇ ਕਟਾਏ ਦੀ ਇਹਦੇ ਪਿੱਛੇ ਲੱਗ ਕੇ ਤੂੰ ਦੱਸ ਚਾਚੀ ਹਰ ਜਾ ਨਹੀਂ ਦੱਸ ਚਾਹੀਦਾ ਮੇਰੇ ਨਹੀਂ ਪਿਓ ਦੇ ਰੰਨੇ ਉਹਨੇ ਪੱਟਣ ਮੈਂ ਤੇਰੇ ਮੈਂ ਫਟਾ ਉਹਨੇ ਮੈਨੂੰ ਫਟਾ ਲੱਗੀ ਕੀ ਹੋ ਗਿਆ ਖਰਜਾ ਕੰਜਰਾ
ਬਾਪੂ ਨੂੰ ਚੱਕ ਲਿਆ ਜਾ ਕੇ ਉਹਨੂੰ ਕੀ ਹੋ ਗਿਆ ਮਰਜਨ ਹੁਣ ਉਹਦਾ ਗੂੰਹ ਚੱਕਣਾ ਪਊਗਾ ਮੰਜੇ ਤੇ ਪੈਦਾ ਟੁੱਟ ਗਈ ਲੱਤ ਟੁੱਟ ਗਈ ਉਹਦੀ ਤਾਂ ਅੱਜ ਮੰਮੀ ਦਾ ਵਧੀਆ ਕੁੱਟੀ ਨਜ਼ਾਰਾ ਲਿਆ ਤਾ ਅੱਜ 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 ਭੱਜ ਕੇ